ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਧ ਸਭਾ ਕਰੇ ਆਸਨ ਬੈਠੇ ਸੰਤ ਸਭਾ ਜੈਕਾਰੋ ਤਿਸ ਆਗੇ ਰਹਿਰਾਸ ਹਮਾਰੀ ਸੱਚਾ ਅਪਰਪਾਰੋ ਮਸਤਕ ਕਾਟ ਧਰੀ ਤਿਸ ਆਗੇ ਤਨ ਮਨ ਆਗੇ ਦੇਉ ਨਾਨਕ ਸੰਤ ਮਿਲੇ ਸੱਚ ਪਾਈਏ ਸਹਿਜ ਭਾਏ ਜਸ ਲਿਓ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਦਾ ਇੱਕ ਸੁਭਾਗਾ ਦਿਹਾੜਾ ਹੈ ਸੰਗਤ ਟੈਲੀਵਿਜ਼ਨ ਲਈ ਸੰਗਤ ਸਟੂਡੀਓ ਲਈ ਕਿ ਉਹ ਹਸਤੀਆਂ ਉਹ ਮਹਾਂਪੁਰਖ ਜਿਨ੍ਹਾਂ ਨੇ ਆਪ ਨਾਮ ਜਪਿਆ ਹੈ ਦੂਸਰਿਆਂ ਨੂੰ ਜਪਾਇਆ ਹੈ ਆਪ ਸੇਵਾ ਕੀਤੀ ਹੈ ਦੂਸਰਿਆਂ ਨੂੰ ਸੇਵਾ ਵਾਲੇ ਪਾਸੇ ਲਾਇਆ ਸਿਮਰਨ ਅਤੇ ਸੇਵਾ ਦੇ ਦੋਨੇ ਧੁਰੇ ਜਿਹੜੇ ਗੁਰਮਤਿ ਦੇ ਵਿੱਚ ਪ੍ਰਵਾਨ ਨੇ ਦੋਨੇ ਹੀ ਧੁਰਿਆਂ ਨੂੰ ਸੰਗਤਾਂ ਦੇ ਵਿੱਚ ਲੈ ਕੇ ਗਏ ਨੇ ਉਹ ਮਹਾਂਪੁਰਸ਼ ਅੱਜ ਸਾਡੇ ਉੱਚੇ ਸੱਦੇ ਦੇ ਉੱਤੇ ਆ ਕੇ ਬਿਰਾਜਮਾਨ ਹੋਏ ਨੇ ਹਿਰਦੇ ਤੋਂ ਧੰਨਵਾਦ ਉਹਨਾਂ ਦਾ ਅਤੇ ਦੁਨੀਆ ਭਰ ਦੇ ਜਿਹੜੇ ਦਰਸ਼ਕ ਹੈ ਤੁਹਾਡੇ ਸੰਗਤ ਟੈਲੀਵਿਜ਼ਨ ਨਾਲ ਜੁੜੇ ਮਿਲੇ ਬੈਠੇ ਨੇ ਉਹ ਜੁੜੇ ਮਿਲੇ ਰਹਿਣ ਤਾਂ ਕਿ ਆਪਾਂ ਸੇਵਾ ਅਤੇ ਸਿਮਰਨ ਦੀ ਗੱਲ ਕੁਛ ਇਸ ਅੰਦਾਜ਼ ਵਿੱਚ ਕਰ ਸਕੀਏ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਰੋਸ਼ਨ ਹੋ ਜਾਣ ਸਾਡੇ ਕੋਲ ਆ ਕੇ ਬਿਰਾਜਮਾਨ ਹੋਏ ਨੇ ਉੱਚੇ ਸੱਦੇ ਦੇ ਉੱਤੇ ਸੰਤ ਬਾਬਾ ਕਰਮ ਸਿੰਘ ਜੀ ਜਿਹੜੇ ਕਿ ਨਾਨਕਸਰ ਸੰਪਰਦਾ ਦੇ ਇੱਕ ਤਰ੍ਹਾਂ ਦੇ ਨੁਮਾਇੰਦੇ ਦੇ ਤੌਰ 'ਤੇ ਜੁੜ ਮਿਲ ਬੈਠੇ ਨੇ ਸਾਡੇ ਨਾਲ ਸੰਤ ਬਾਬਾ ਨਾਨਕ ਸਿੰਘ ਜੀ ਜਿਹੜੇ ਕਿ ਬਹੁਤ ਵੱਡੀ ਹਸਤੀ ਹੋਏ ਨੇ ਇਹ ਉਹਨਾਂ ਦੇ ਕੋਲੋਂ ਵਰਸਾਏ ਹੋਏ ਨੇ ਉਹਨਾਂ ਦੀ ਸੰਗਤ ਕੀਤੀ ਹੋਈ ਆ ਔਰ ਦੂਜੀ ਬਹੁਤ ਵੱਡੀ ਹਸਤੀ ਸਾਡੇ ਕੋਲ ਆ ਕੇ ਬਿਰਾਜਮਾਨ ਹੋਏ ਨੇ ਸੰਤ ਬਾਬਾ ਲਾਭ ਸਿੰਘ ਜੀ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ ਸ੍ਰੀ ਆਨੰਦਪੁਰ ਸਾਹਿਬ ਵਾਲੇ ਜਿਹੜੇ ਕਿ ਸੰਤ ਬਾਬਾ ਸੇਵਾ ਸਿੰਘ ਜੀ ਜਿਨ੍ਹਾਂ ਨੇ ਆਨੰਦਪੁਰ ਦੇ ਸਥਾਨਾਂ ਦੀ ਨਹੀਂ ਬਹੁਤ ਸਾਰੇ ਹੋਰ ਸਥਾਨਾਂ ਦੀ ਵੀ ਇਤਿਹਾਸਿਕ ਸਥਾਨਾਂ ਦੀ ਸੇਵਾ ਕਰਾਈ ਔਰ ਦਰਜਨਾਂ ਦੀ ਗਿਣਤੀ ਦੇ ਵਿੱਚ ਸਥਾਨਾਂ ਦੀ ਇਤਿਹਾਸਿਕ ਸਥਾਨਾਂ ਦੀ ਸੇਵਾ ਕਰਵਾ ਕੇ ਬਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਥਾਨ ਦਿੱਤੇ ਸੰਗਤਾਂ ਨੂੰ ਸੇਵਾ ਨਾਲ ਜੋੜਿਆ ਸਿਮਰਨ ਨਾਲ ਜੋੜਿਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੱਕ ਤਰ੍ਹਾਂ ਦੀ ਸੇਵਾ ਦੀ ਲਹਿਰ ਚਲਾਈ ਸੰਤ ਬਾਬਾ ਸੇਵਾ ਸਿੰਘ ਜੀ ਤੋਂ ਵਰਸਾਏ ਹੋਏ ਸੰਤ ਬਾਬਾ ਲਾਭ ਸਿੰਘ ਜੀ ਸਾਡੇ ਕੋਲ ਬਿਰਾਜਮਾਨ ਹੋਏ ਨੇ ਔਰ ਉਹਨਾਂ ਦੇ ਨਾਲ ਹੀ ਆਏ ਨੇ ਆਪਦੀ ਜਾਣੀ ਪਛਾਣੀ ਸ਼ਖਸੀਅਤ ਵਾਹਿਗੁਰੂ ਸਿੰਘ ਜੀ ਜਿਹੜੇ ਸੰਤ ਬਾਬਾ ਸੇਵਾ ਸਿੰਘ ਦੇ ਨਾਲ ਵੀ ਰਹੇ ਸਨ ਔਰ ਉਹਨਾਂ ਨੇ ਆਪਣੀ ਜ਼ਿੰਦਗੀ ਇੱਕ ਤਰ੍ਹਾਂ ਦੀ ਸੰਤ ਬਾਬਾ ਲਾਭ ਸਿੰਘ ਦੇ ਨਾਲ ਵੀ ਕੌਮ ਨੂੰ ਪੰਥ ਨੂੰ ਸੇਵਾ ਨੂੰ ਸਿਮਰਨ ਨੂੰ ਸਮਰਪਿਤ ਕੀਤੀ ਹੋਈ ਆ ਔਰ ਸਭ ਤੋਂ ਵੱਡਾ ਧੰਨਵਾਦ ਹੈ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਵਾਲੇ ਜਿਸ ਜਥੇ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਸੋਨੇ ਦੀ ਕਾਰ ਸੇਵਾ ਕੀਤੀ ਸੀ ਔਰ ਇਸ ਜਥੇ ਨੂੰ ਮਾਣ ਕਿ ਪੰਜਾਂ ਹੀ ਤਖਤਾਂ ਦੀ ਇੱਕ ਤਰ੍ਹਾਂ ਦੀ ਕਾਰ ਸੇਵਾ ਕਰਨ ਦਾ ਉੱਥੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਨੂੰ ਪੰਜਾਂ ਹੀ ਤਖਤਾਂ ਵੱਲੋਂ ਸਾਂਝੇ ਤੌਰ 'ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭਾਈ ਸਾਹਿਬ ਦੀ ਉਪਾਧੀ ਦੇ ਕੇ ਖਿਤਾਬ ਦੇ ਕੇ ਸਨਮਾਨਿਆ ਗਿਆ ਸੀ ਔਰ ਭਾਈ ਸਾਹਿਬ ਜੀ ਦੀ ਬਦੌਲਤ ਹੀ ਇਹ ਮਹਾਂਪੁਰਸ਼ ਸਾਡੇ ਚੇਚੇ ਸੱਦੇ 'ਤੇ ਸੰਗਤ ਟੈਲੀਵਿਜ਼ਨ 'ਤੇ ਪਹੁੰਚ ਚੁੱਕੇ ਨੇ ਭਾਈ ਸਾਹਿਬ ਦਾ ਵੀ ਹਿਰਦੇ ਤੋਂ ਧੰਨਵਾਦ ਕਰਦੇ ਹਾਂ ਮਹਾਂਪੁਰਸ਼ਾਂ ਦਾ ਧੰਨਵਾਦ ਕਰਦੇ ਹਾਂ ਜੀ ਆਇਆਂ ਆਖਦੇ ਹਾਂ ਇੱਕ ਵਾਰੀ ਸਾਰਿਆਂ ਨੂੰ ਸਾਂਝੀ ਫਤਿਹ ਸਾਂਝੀ ਕਰਦੇ ਹਾਂ ਵਾਹਿਗੁਰੂ ਜੀ ਕੀ ਫਤਿਹ ਸੇਵਾ ਦੀ ਗੱਲ ਤਾਂ ਮਹਾਂਪੁਰਸ਼ਾਂ ਨੇ ਕੀਤੀ ਹੈ ਸਿਮਰਨ ਦੀ ਵੀ ਕੀਤੀ ਹੈ ਸੋ ਸਭ ਤੋਂ ਪਹਿਲਾਂ ਆਪਾਂ ਆਰੰਭਤਾ ਜੋ ਸਿੱਖੀ ਦਾ ਧੁਰਾ ਹੈ ਸਿੱਖੀ ਦੀ ਗੱਲ ਹੈ ਸੇਵਾ ਸਿਮਰਨ ਉੱਥੋਂ ਗੱਲ ਸ਼ੁਰੂ ਕਰਦੇ ਹਾਂ ਮੈਂ ਬੇਨਤੀ ਕਰਾਂਗਾ ਸੰਤ ਬਾਬਾ ਲਾਭ ਸਿੰਘ ਜੀ ਸਾਡੇ ਕੋਲ ਨੇ ਇੱਕ ਸਿਮਰਨ ਦੀ ਧੁਨੀ ਬੇਸ਼ੱਕ ਇੱਕ ਡੇਢ ਮਿੰਟ ਲਈ ਹੀ ਤਾਂ ਕਿ ਉਹ ਸਿਮਰਨ ਦੇ ਨਾਲ ਜੁੜ ਕੇ ਅਸੀਂ ਆਪਣੀਆਂ ਬਿਰਤੀਆਂ ਨੂੰ ਇਕਾਗਰ ਕਰ ਸਕੀਏ ਉਸ ਬਿਰਤੀਆਂ ਇਕਾਗਰ ਹੋਈਆਂ ਦੇ ਵਿੱਚੋਂ ਫਿਰ ਸੇਵਾ ਦੀ ਗੱਲ ਨਿਕਲੇਗੀ ਸਿਮਰਨ ਦੀ ਗੱਲ ਨਿਕਲੇਗੀ ਮਹਾਂਪੁਰਸ਼ ਸੰਤ ਬਾਬਾ ਲਾਭ ਸਿੰਘ ਜੀ ਸਿਮਰਨ ਦੀ ਧੁਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਤ ਮਾਈ ਭਾਈ ਸੰਸਾਰ ਦੇ ਵਿੱਚ ਆਏ ਹਨ ਉਹ ਸਿਮਰਨ ਕਰਨਗੇ ਤਾਂ ਹੀ ਜੀਵਨ ਸਫਲ ਹੈ ਸਿਮਰਨ ਦੀ ਵਿਧੀ ਜੋ ਗੁਰੂ ਕਟਕੀਧਰ ਮਹਾਰਾਜ ਨੇ ਸਾਨੂੰ ਦਿੱਤੀ ਹੈ ਉਹ ਸਾਰੇ ਰਲ ਕੇ ਉਹ ਰਸਨਾ ਪਿੱਤਰ ਕਰੋ ਅਤੇ ਆਪਣੇ ਸਮੇਂ ਨੂੰ ਸਫਲ ਕਰੋ ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸੰਗਤ ਟੈਲੀਵਿਜ਼ਨ ਆਰੰਭ ਕੀਤਾ ਗਿਆ ਸੀ ਆਰੰਭ ਕਰਨ ਤੋਂ ਪਹਿਲਾਂ ਵੀ ਅਰਦਾਸਾਂ ਬੇਨਤੀਆਂ ਜੋ ਜਿਹੜੀਆਂ ਕੀਤੀਆਂ ਗਈਆਂ ਹਨ ਫਿਰ ਆਰੰਭਤਾ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਖੰਡ ਪਾਠ ਰਖਾਇਆ ਗਿਆ 18 ਸਤੰਬਰ 2010 ਨੂੰ ਜਦੋਂ ਅਖੰਡ ਪਾਠ ਉੱਥੇ ਆਰੰਭ ਕੀਤੇ ਗਏ ਆਰੰਭ ਦਾ ਹੁਕਮਨਾਮਾ ਸੀ ਸੋਠ ਮਹੱਲਾ ਪੰਜਵਾਂ ਹਮਰੀ ਗੰਤ ਨਾ ਗਣੀਆਂ ਗਾਈ ਆਪਣਾ ਬਿਰਧ ਪਛਾਣ ਹਾਰ ਦੇ ਰੱਖ ਕੇ ਕਰੇ ਆਪਣੇ ਸਦਾ ਸਦਾ ਰੰਗਮਾਨ ਸਾਚਾ ਸਾਹਿਬ ਸਦ ਮਿਹਰਵਾਨ ਬੰਧ ਪਾਇਆ ਮੇਰੇ ਸਤਿਗੁਰੂ ਪੂਰੇ ਹੋਈ ਸਰਬ ਕਲਿਆਣ ਜੀਉ ਪਾਏ ਪਿੰਡ ਜਿਨ ਸਾਜਾ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈ ਰਾਖੀ ਨਾਨਕ ਸਦ ਗੁਰਬਾਨ ਅਤੇ ਫਿਰ ਜਦੋਂ ਅਖੰਡ ਪਾਠ ਦੀ ਸੰਪੂਰਨਤਾ ਹੋਈ ਸੰਪੂਰਨਤਾ ਦੇ ਵੇਲੇ ਜਿਹੜੀ ਅਰਦਾਸ ਕੀਤੀ ਗਈ ਉਹ 83 ਮਹੱਲਾ 4 ਸੀ 20 ਸਤੰਬਰ 2010 ਨੂੰ ਹਮ ਅੰਧਲੇ ਅੰਧ ਵਿਖੇ ਬਿਖਰਾਤੇ ਕਿਉਂ ਚਾਲੇ ਗੁਰਚਾਲੀ ਸਤਿਗੁਰੂ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ ਗੁਰਸਿੱਖ ਮੀਤ ਚੱਲੋ ਗੁਰਚਾਲੀ ਜੋ ਗੁਰ ਕਹੇ ਸੋਈ ਭਲਮਾਨੋ ਹਰ ਹਰ ਕਥਾ ਨਿਰਾਲੀ ਰਾਓ ਇਹ ਹੁਕਮਨਾਮਾ ਇਹ ਉਸ ਵੇਲੇ ਸੀ ਜਦੋਂ ਅਕਾਲ ਤਖਤ ਸਾਹਿਬ ਦੇ ਉੱਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਇਹ ਭੋਗ ਪਾਏਗਾ ਪਰ ਉਸ ਤੋਂ ਵੀ ਪਹਿਲਾਂ ਜਦੋਂ ਜੇ ਆਰੰਭਤਾ ਕੀਤੀ ਜਾਣੀ ਸੀ ਜਦੋਂ ਵਿਚਾਰਾਂ ਚੱਲ ਰਹੀਆਂ ਸੀ ਜਦੋਂ ਸਤਿਗੁਰ ਤੋਂ ਇੱਕ ਤਰ੍ਹਾਂ ਦੀ ਆਗਿਆ ਲਈ ਜਾ ਰਹੀ ਸੀ ਕਿ ਇਹ ਬਹੁਤ ਵੱਡਾ ਕੰਮ ਹੈ ਆਰੰਭ ਕੀਤਾ ਜਾਵੇ ਉਹ ਹੁਕਮਨਾਮਾ ਉਚੇਚੇ ਤੌਰ ਦੇ ਉੱਤੇ ਗੁਰੂ ਨਾਨਕ ਨਿਸ਼ਕਾਮ ਸੇਵ ਜਥਾ ਸੋਹਰ ਰੋਡ ਵਿਖੇ ਅਰਦਾਸ ਕੀਤੀ ਗਈ ਸੀ 19 ਜੂਨ 2010 ਨੂੰ ਜਿਹੜੀ ਸਭ ਤੋਂ ਪਹਿਲੀ ਅਰਦਾਸ ਕੀਤੀ ਗਈ ਸੀ ਉੱਥੇ ਜਿਹੜਾ ਹੁਕਮਨਾਮਾ ਆਇਆ ਸੀ ਉਹ ਇੱਕ ਤਰ੍ਹਾਂ ਦੀ ਸਤਿਗੁਰ ਦਾ ਓਟ ਆਸਰਾ ਮਹਾਂਪੁਰਸ਼ਾਂ ਵੱਲੋਂ ਉਚੇਚੇ ਤੌਰ 'ਤੇ ਲਿਆ ਗਿਆ ਸੀ ਅਰਦਾਸ ਬੇਨਤੀ ਕਰਕੇ ਉਸ ਹੁਕਮਨਾਮੇ ਦੀਆਂ ਪਹਿਲੀਆਂ 2 ਪੰਕਤੀਆਂ ਦੀ ਇੱਕ ਤਰ੍ਹਾਂ ਦੀ ਕਥਾ ਵਿਆਖਿਆ ਕਰਨ ਦੇ ਲਈ ਤਾਂ ਕਿ ਜਿਹੜੀ ਗੱਲ ਸਾਡੇ ਅਜੇ ਤੱਕ ਸਮਝ ਨਹੀਂ ਆ ਸਕੀ ਉਹ ਅਸੀਂ ਸਾਡੇ ਘੱਟੇ ਘੱਟ ਸਾਰੇ ਪ੍ਰਜੈਂਟ ਜਿਹੜੇ ਸਾਰੇ ਇੱਥੇ ਕੰਮ ਕਰਨ ਵਾਲੇ ਉਹ ਵੀ ਸਮਝ ਸਕੀਏ ਕਿ ਸਤਿਗੁਰੂ ਸਾਨੂੰ ਕਿਹੋ ਜਿਹੀ ਸਾਡੇ ਤੋਂ ਸੇਵਾ ਚਾਹੁੰਦਾ ਹੈ ਉਸ ਹੁਕਮਨਾਮੇ ਦੀਆਂ 2 ਪੰਕਤੀਆਂ ਦੀ ਵਿਆਖਿਆ ਜ਼ਰੂਰ ਮੈਂ ਬੇਨਤੀ ਕਰਾਂਗਾ ਸੰਤ ਬਾਬਾ ਕਰਮ ਸਿੰਘ ਜੀ ਨੂੰ ਇਹ ਕਰਕੇ ਕਰਨ ਦੀ ਕਿਰਪਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੋਹੀ ਸੰਤ ਮਹੱਲਾ 4 ਘਰ 3 ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰੂ ਗਰੀਬ ਬਨਵਾਸ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਅੱਜ ਰਾਗ ਸੂਹੀ ਦੇ ਵਿੱਚ ਸ਼ੰਤ ਬਾਣੀ ਦੇ ਵਿੱਚ ਫਰਮਾ ਰਹੇ ਹਨ ਗੁਰੂ ਦੀ ਕਿਰਪਾ ਦੇ ਨਾਲ ਆਵੋ ਸੰਤ ਜਨੋ ਗੁਣ ਗਾਵੇ ਗੋਬਿੰਦ ਕੇਰੇ ਰਾਮ ਆਓ ਭਾਈ ਮਹਾਂਪੁਰਸ਼ੋ ਇਕੱਠੇ ਹੋ ਕੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੋਦਾ ਦੂਰ ਕਰੇ ਲੈ ਬੁਲਾਈ ਹਰਨਾਮੇ ਕੇ ਹੋਵੋ ਜੋੜੀ ਗੁਰਮੁਖ ਵੈਸੋ ਸਫਾ ਵਛਾਏ ਆਵੋ ਰੱਬ ਦੇ ਪਿਆਰਿਓ ਸੰਤ ਜਨੋ ਗੁਣ ਗਾਵੇ ਗੋਬਿੰਦ ਕੀਰੇ ਰਾਮ ਭਾਈ ਹਰੀ ਦੇ ਗੁਣ ਗਾ ਗੁਣ ਗਾਵਸ ਤੇਰੀ ਉਤਰਸ ਮੈਲ ਬਿੰਸ ਜਾਏ ਹੋਮੇ ਵਿਖ ਫੈਲ ਗੁਣ ਗਾਉਣ ਦੇ ਨਾਲ ਸਾਰੇ ਮਨ ਦੀ ਤਨ ਦੀ ਸਾਰੀ ਮੈਲ ਲੈ ਜਾਂਦੇ ਆ ਸਤਸੰਗਤ ਜੀ ਨਾਮ ਹੀ ਸਭ ਕੁਛ ਹੈ ਨਾਮ ਤੋਂ ਬਗੈਰ ਇੱਥੇ ਕੁਛ ਨਹੀਂ ਸੋ ਨਾਮ 'ਤੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਅੱਜ ਆਪਾਂ ਨੂੰ ਹੁਕਮ ਕਰ ਰਹੇ ਹਨ ਗੁਰਮੁਖ ਮਿਲ ਰਹੀ ਹੈ ਕਰਵਾਜੇ ਸ਼ਬਦ ਕਨੇਰੇ ਰਾਮ ਗੁਰਮੁਖੋਂ ਮਿਲੋ ਕਿਵੇਂ ਮਿਲੋ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਪ ਮਖੀਰਾ ਇੱਕ ਮਖਿਆਲ ਦੀ ਮਿਸਾਲ ਦਿੰਦੇ ਹੋਏ ਜਿਸ ਤਰ੍ਹਾਂ ਮੱਖੀਆਂ ਬਹੁਤ ਸਾਰੀਆਂ ਲੱਖਾਂ ਦੀ ਗਿਣਤੀ 'ਚ ਇਕੱਠੀਆਂ ਹੋ ਜਾਂਦੀਆਂ ਇਸ ਤਰ੍ਹਾਂ ਗੁਰਮੁਖ ਜਿਹੜੇ ਆ ਇੱਕ ਮਨਮੁੱਖ ਗੁਰੂ ਘਰ ਦੇ ਵਿੱਚ ਇੱਕ ਗੁਰਮੁਖਾਂ ਨੂੰ ਡਿਗਰੀ ਦਿੱਤੀ ਹੈ ਇੱਕ ਫਿੱਟ ਲਾਣਤ ਮਨਮੁੱਖਾਂ ਨੂੰ ਮਨ ਦੇ ਮਗਰ ਚੱਲਣ ਵਾਲਿਆਂ ਨੂੰ ਦਿੱਤੀ ਆ ਗੁਰਮੁਖ ਜਿਹੜੇ ਗੁਰੂ ਦੇ ਆਖੇ ਲੱਗਦੇ ਆ
ਜਿਨ੍ਹਾਂ ਨੇ ਵੀ ਇਸ ਗੁਰੂ ਘਰ ਦੇ ਵਿੱਚ ਗੁਰੂ ਦਾ ਹੁਕਮ ਬਣਾਇਆ ਉਹ ਮਿਲ ਰਹੀ ਹੈ। ਮਿਲੋ ਭਾਈ, ਮਿਲ ਕੇ ਰਹੋ, ਮਿਲ ਕੇ ਘਰ ਵਾਜੇ, ਘਰ ਰੂਪੀ ਹਿਰਦੇ ਰੂਪ 'ਚ ਵਾਜੇ ਸ਼ਬਦ ਕਨੇਰੇ ਰਹੋ। ਸ਼ਬਦ ਸ਼ਬਦ ਕਿਹਨੂੰ ਕਹਿੰਦੇ ਆ? ਗੁਰੂ ਉਪਦੇਸ਼ ਨੂੰ, ਸਤਸੰਗ। ਗੁਰੂ ਉਪਦੇਸ਼ ਦਾ ਅਰਥ ਸ਼ਬਦ ਇਹ ਫਿਰ ਹਿਰਦੇ ਦੇ ਵਿੱਚ ਜਦੋਂ ਤੁਸੀਂ ਸਿਮਰਨ ਕਰੋਗੇ ਚੌਥੀ ਤੁਰੀ ਅਵਸਥਾ ਦੇ ਵਿੱਚ ਨਾਭ ਕੰਪਲੀ ਦੇ ਵਿੱਚ ਫਿਰ ਉਹ ਸ਼ਬਦ ਵੱਜੂਗਾ ਜਿੱਥੇ ਗੁਰਮੁਖ ਰੋਮ ਰੋਮ ਹਰਤਿਆ ਹੋਵੇ ਨਾਨਕ ਗੁਰਮੁਖ ਸਾਧ ਸਮਾ। ਉੱਥੇ ਫਿਰ ਰੋਮ ਰੋਮ ਦੇ ਨਾਲ ਸਿਮਰਨ ਚੱਲਣ ਲੱਗ ਜਾਂਦਾ ਸਤਸੰਗ ਜੀ, ਅਤੇ ਉਹ ਫਿਰ ਬੜਾ ਆਨੰਦ ਆਉਂਦਾ ਉਸ ਦੇ ਵਿੱਚ। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 10,24,000 ਅੱਖਰ ਨੇ ਨਾਮ ਦੀ ਵਡਿਆਈ ਕੀਤੀ ਆ, 32,000 ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦਾ ਉਸਨੇ ਵੀ ਨਾਮ ਦੀ ਵਡਿਆਈ ਕੀਤੀ ਆ, ਸਾਰੇ ਨਾਮ ਦੀ ਹੀ ਵਡਿਆਈ ਆ। ਇਸ ਕਰਕੇ ਮਹਾਰਾਜ ਜੀ ਫਰਮਾ ਰਹੇ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਸੋਢੀ ਸੁਲਤਾਨ, ਗੁਰਮੁਖ ਮਿਲ ਰਹੀਏ ਘਰ ਵਾਜੇ ਸ਼ਬਦ ਕਨੇਰੇ ਰਾਮ, ਗੁਰਮੁਖ ਮਿਲ ਕੇ ਰਹੋ। ਖਾਲਸਾ ਮਿਲ ਕੇ ਨਹੀਂ ਰਹਿੰਦਾ, ਜੇ ਅਸੀਂ ਮਿਲ ਕੇ ਰਹੀਏ ਸਾਰੇ ਕਾਰਜ ਥਿਰ ਕਰ ਵੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾ ਸੋਰ, ਸਾਰੇ ਕਾਰਜ ਸਮਰ ਜਾਣਗੇ ਸਤਸੰਗ ਜੀ ਮਿਲ ਕੇ ਰਹੋ। ਆਪਾਂ ਮਿਲ ਕੇ ਨਹੀਂ ਰਹਿੰਦੇ, ਅਤੇ ਮਿਲਣ ਦੇ ਵਿੱਚ ਹੀ ਸਾਰੇ ਸੁੱਖ ਨੇ, ਅਤੇ ਆਪਾਂ ਮਿਲ ਕੇ ਰਹੀਏ ਅਤੇ ਆਪਣੇ ਫਿਰ ਅੰਦਰ ਆਨੰਦ ਰੂਪੀ ਸ਼ਬਦ ਗੁਰੂ ਦਾ ਉਪਦੇਸ਼ ਪ੍ਰਗਟ ਹੋ ਜੂਗਾ, ਚਾਲੂ ਹੋ ਜੂਗਾ, ਚੌਥੀ ਤੁਰੀ ਅਵਸਥਾ ਦੇ ਵਿੱਚ ਅਸੀਂ ਪਹੁੰਚ ਜਾਂਗੇ। ਉਸ ਤੋਂ ਬਾਅਦ ਗੁਰੂ ਮਹਾਰਾਜ ਜੀ ਅਖੀਰਲੀਆਂ ਪੰਕਤੀਆਂ ਦੇ ਵਿੱਚ, ਹਾਂ ਪੁੱਛੋ ਆਪਣਾ ਸਤਿਗੁਰ ਦਾਤਾ, ਮੈਂ ਪੁੱਛਦਾ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚੋਂ ਇੱਕ ਉਪਦੇਸ਼, ਕਿਨ ਵਿਦ ਦੁੱਤਰ ਤਰੀਏ ਰਾਮ। ਇਹ ਦੁੱਤਰ ਭਵ ਜਲ ਸੰਸਾਰ ਸਾਗਰ ਨੂੰ ਦੁੱਤਰ ਕਿਹਾ, ਇਹ ਸੰਸਾਰ ਸਾਗਰ ਤੋਂ ਕਿਵੇਂ ਤਰੀਏ? ਇਹ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਗੁਰੂ ਰਾਮਦਾਸ ਜੀ ਸਾਨੂੰ ਦੱਸੋ ਕਿਸ ਤਰ੍ਹਾਂ ਅਸੀਂ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਭਵ ਜਲ ਦੇ ਵਿੱਚੋਂ ਤਰਦੀਏ। ਅਤੇ ਅੱਗੇ ਮਹਾਰਾਜ ਜੀ ਸਾਨੂੰ ਬਹੁਤ ਸੋਹਣੀ ਵਿਧੀ ਦੱਸਦੇ ਆ, ਸਤਿਗੁਰ ਪਾਏ ਚਲੋ ਜੀਵ ਤਿਆ ਇਹ ਬਿਮਾਰੀਏ ਰਾਮ। ਸਤਿਗੁਰ ਦੇ ਕਹਿਣੇ ਦੇ ਵਿੱਚ, ਸਤਿਗੁਰ ਦੀ ਖੁਸ਼ੀ ਦੇ ਵਿੱਚ ਚੱਲੋ ਭਾਈ, ਜਿਉਂਦੇ ਮਰ ਜਾਓ। ਅਸੀਂ ਜਿਉਂਦੇ ਨਹੀਂ ਮਰਦੇ, ਅਤੇ ਜੇ ਕਿਤੇ ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋਂ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ, ਪਰ ਹਮਾਰੇ ਦੁਆਰ ਨੂੰ। ਅਤੇ ਜਿਉਂਦੇ ਮਰ ਜੀਏ, ਇੱਥੇ ਇਹ ਸਸਤ ਗੁਰੂ ਨਾਨਕ ਦੇ ਘਰ ਜਿਉਣ ਦਾ ਜੀਵਨ ਮੁੱਖ ਸੋ ਆਖੀਏ, ਮਰ ਜੀਵੇ ਮਰੀਏ। ਫਿਰ ਜੇ ਤੂੰ ਇੱਧਰ ਨੂੰ ਆ ਜਾਏਗਾ ਨਾ, ਫਿਰ ਮਰ ਕੇ ਫਿਰ ਜਿਉਂਦਾ ਹੋ ਜਾਏਗਾ ਗੁਰ ਉਪਦੇਸ਼ ਦੇ ਵਿੱਚ। ਸਤਿਗੁਰ ਫਾਹੇ ਚਲੋ ਜੀਵ ਤਿਆਂ ਮਰੀਏ ਰਾਮ, ਅਤੇ ਸਤਿਗੁਰੂ ਦੇ ਕਹਿਣੇ, ਸਤਿਗੁਰੂ ਦੇ ਹੁਕਮ ਦੇ ਵਿੱਚ, ਪਿਆਰ ਦੇ ਵਿੱਚ ਚੱਲੀਏ, ਜਿਉਂਦਿਆਂ ਹੀ ਮਰ ਕੇ ਰਹੀਏ। ਇਹ ਗੁਰੂ ਜੀ ਦਾ ਹੁਕਮ ਆ, ਜਿਉਂਦਿਆਂ ਜੀਵ ਤਿਆਂ ਮਰੀਏ ਭਵਜਲ ਤਰੀਏ, ਇਹ ਸੰਸਾਰ ਸਮੁੰਦਰ ਤੋਂ ਤਰ ਜਾਏਗਾ ਜੇ ਤੂੰ ਜਿਉਂਦੇ ਆਪਣੇ ਆਪ ਨੂੰ। ਮੁਰਦਾ ਹੋਏ ਮਰੀਦ ਨਾ ਗੱਲੀ ਹੋਣਾ, ਗੱਲਾਂ ਨਾਲ ਨਹੀਂ ਮੁਰਦਾ ਹੋਣਾ ਪੈਂਦਾ, ਇਸ ਰਾਹ ਦੇ ਵਿੱਚ ਗੁਰੂ ਨਾਨਕ ਦੇ ਰਾਹ ਦੇ ਵਿੱਚ ਜੀਵ ਤਿਆਂ ਭਵਜਲ ਤਰੀਏ ਰਾਮ, ਜੀਵ ਤਿਆਂ ਮਰੀਏ ਭਵਜਲ ਤਰੀਏ, ਗੁਰਮੁਖ ਨਾਮ ਸਮਾਵੇ। ਫਿਰ ਗੁਰਮੁਖ ਸਮਾ ਜਾਂਦਾ ਨਾਮ ਦੇ ਵਿੱਚ ਸਤਸੰਗਤ ਜੀ, ਗੁਰਮੁਖ ਦੀ ਅਵਸਥਾ ਬਹੁਤ ਉੱਚੀ ਆ, ਉਹ ਨਾਮ ਦੇ ਵਿੱਚ ਹੀ ਲੀਨ ਹੋ ਜਾਂਦਾ, ਨਾਮ ਦੇ ਵਿੱਚ ਹੀ ਸਮਾ ਜਾਂਦਾ। ਪੂਰਾ ਪੂਰਨ ਪੂਰਾ ਪੁਰਖ ਪਾਇਆ ਬੁੱਢਭਾਗੀ, ਪੂਰਾ ਪੁਰਖ ਕੌਣ ਆ? ਗੁਰੂ ਨਾਨਕ ਸਾਹਿਬ, ਗੁਰੂ ਨਾਨਕ ਦੀ ਜੋਤ। ਗੁਰੂ ਗ੍ਰੰਥ ਸਾਹਿਬ ਜੀ ਤੱਕ ਸਮੇਂ ਨੂੰ ਪੂਰੇ ਗੁਰੂ ਨਾਨਕ ਦੇ ਘਰ ਦੇ ਪੂਰਾ ਪੂਰਨ ਪੁਰਖ, ਪੂਰਾ ਪੁਰਖ ਪਾਇਆ, ਪੂਰਾ ਪੁਰਖ ਮੈਨੂੰ ਮਿਲ ਗਿਆ, ਗੁਰੂ ਨਾਨਕ ਸਾਹਿਬ ਜੀ ਦੇ ਚਰਨ ਮਿਲ ਗਏ। ਬੁੱਢਭਾਗੀ ਸੱਚ, ਬੁੱਢਭਾਗੀ ਸੱਚ ਨਾਮ ਲਿਲ ਆਏ, ਵੱਡੇ ਭਾਗਾਂ ਵਾਲੇ ਨੇ ਬਾਈ, ਜਿਨ੍ਹਾਂ ਦੇ ਨਾਮ ਦੇ ਨਾਲ ਲਿਵ ਲੱਗੇ ਉਹ ਵੱਡੇ ਭਾਗਾਂ ਵਾਲੇ ਆ। ਮਤ ਪ੍ਰਕਾਸ਼ ਪਈ ਮਨ ਮਾਨਿਆ, ਮਤ ਦੇ ਵਿੱਚ ਪ੍ਰਕਾਸ਼ ਹੋ ਗਿਆ, ਅੰਧਿਆਰੇ ਦੀਪਕ ਜਿਹੀ ਹੈ, ਇੱਕ ਵਸਤ ਗੋਚਰ ਲਈ ਹੈ, ਵਸ ਗੋਚਰ ਪਾਈ ਘੱਟ ਦੀਪਕ ਰਿਹਾ ਸਮਾਈ, ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤੋਂ ਮਨ ਮਾਨਿਆ, ਮਨ ਮਾਨੇ ਲੋਕ ਨਾ ਭਤੀਜੇ, ਨਾ ਭਤੀਜੇ ਤੋਂ ਕਿਆ ਕੀਜੀਏ। ਅੰਧਿਆਰੇ ਦੇ ਵਿੱਚ ਗੁਰਬਾਣੀ ਦੱਸਦੀ ਹੈ ਬਈ, ਹਨੇਰੇ ਦੇ ਵਿੱਚ ਕਿਸੇ ਚੀਜ਼ ਨੂੰ ਪਲਣ ਲਈ ਦੀਵਾ ਚਾਹੀਦਾ, ਕਿਸੇ ਗੁੰਮੀ ਹੋਏ। ਇਸ ਤਰ੍ਹਾਂ ਹੀ ਮਹਾਰਾਜ ਜੀ ਮਤ ਪ੍ਰਕਾਸ਼, ਅੰਦਰ ਰੋਸ਼ਨੀ ਹੋ ਜੂ, ਗੁਰਸਿੱਖਾ ਤੇਰੇ ਅੰਦਰ ਨਿਹਾਲ ਨਿਹਾਲ ਹੋ ਜਾਏਗਾ। ਮਤ ਪ੍ਰਕਾਸ਼ ਪਈ ਮਨ ਮਾਨਿਆ, ਮਨ ਮੰਨ ਗਿਆ ਭਗਤੀ ਨੂੰ, ਜਦੋਂ ਸਤਸੰਗ ਜੀ ਮਨ ਮੰਨ ਜੇ ਨਾ ਤਾਂ ਹਰ ਜਾਂਦੇ, ਫਿਰ ਹਰੀ ਦਾ ਪਤਾ ਲੱਗੂ। ਜਦੋਂ ਮਨ ਸਾਡਾ ਜੇ ਮਨ ਨਹੀਂ ਮੰਨਿਆ ਸੰਸਾਰੀ ਲੋਕਾਂ ਦਾ, ਮਤ ਪ੍ਰਕਾਸ਼ ਪਈ ਮਨ ਮਾਨਿਆ, ਰਾਮ ਨਾਮ ਵਡਿਆਈ, ਰੱਬ ਦੀ ਵਡਿਆਈ ਕੀਤੀ ਜਦੋਂ ਵਾਹਿਗੁਰੂ ਦੇ ਨਾਮ ਦੀ, ਅਤੇ ਅੰਦਰ ਰੋਸ਼ਨੀ ਹੋ ਗਈ ਸਾਡੇ, ਨਾਨਕ
प्रभ पाया शब्द मिलाया। प्रभु मैनू हे सच्चे पातशाह गुरु नानक साहब जी के चरण मिल गए ते नानक प्रभु पाया मैनू गुरु नानक का द्वारा मिल गया शब्द मिलाया। फिर की हो गया मेरे शब्द के नाल गुर उपदेश दे नाल मेल हो गया ज्योति जोत मिलाई जोत दे विच जोत रल गई जिवें दीवे दे नाल दीवा जगा दिए जोत दे नाल जोत रल गई। पहले दीवे की रोशनी घटती नहीं होंगी तो एकमिक हो जाएगा कई गुरमुख पंथ कहिंदे जदों लैणे नूं गद्दी दित्ती हो सकदा महाराज जी की ज्योति खत्म हो गई होवे नहीं सतसंगत जी जोत ना जोत जिवें दीवे ना दीवा जला दिए गुरु नानक दे चरण ध्यान नाम सिमरन दे नाल जोत ना जोत मिल जाती है वाहिगुरु दे नाल एकमिक हो जाता। इन्ना कुछ कहिंदे होए गुरु सतसंगत जी ये गुरबाणी पूर्ण इहदा कोई कथा नहीं कर सकता बहुत उच्ची सुची इहदा अर्थ गुरु नानक साहब आप ही जानते गुरबाणी दा इह तां अपनी गुरसिखां दे सारे वीरां दी विचार आ पर जे पूर्ण विचार आपां जाणीए तां इह गुरु नानक आप ही जाणदा। इस विचार नूं आपां तां अपना तां आपसी प्यार दे विच ते जिन्ना भी तुसीं इधर नूं सोचदे जो उहदा मन होर गाहां हुंदा जो सो आपां मिल के जिन्नी भी विचार हो सकदे नहीं करिए। ਇੰਨਾ ਕੁਛ ਕਹਿੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਤੁਸੀਂ ਖਾਸ ਤੌਰ 'ਤੇ ਗੱਲ ਕੀਤੀ ਕਿ ਗੁਰਬਾਣੀ ਦੇ ਵਿੱਚ ਨਾਮ ਦੀ ਗੱਲ ਹੀ ਕੀਤੀ ਗਈ ਜਾਂਦੀ ਹੈ ਸੈਂਕੜੇ ਵਾਰੀ ਨਾਮ ਦੀ ਵਡਿਆਈ ਕੀਤੀ ਗਈ ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਦਾ ਕੋਈ ਅੰਗ ਕੋਈ ਸ਼ਬਦ ਇਹੋ ਜਿਹਾ ਨਹੀਂ ਜਿਹਦੇ 'ਚ ਨਾਮ ਦੀ ਵਡਿਆਈ ਦੀ ਗੱਲ ਨਾ ਕੀਤੀ ਗਈ ਹੋਵੇ। ਸਿਰਫ ਨੂੰ ਐਲਾਨ ਕਰਤਾ ਨਾਨਕ ਕਹਿ ਕਰ ਕੇਵਲ ਨਾਮ ਇੱਥੇ ਸਿਰਫ ਨਾਮ ਦੀ ਗੱਲ ਹੀ ਚੱਲਦੀ ਆ ਪਰ ਸੰਗਤਾਂ ਤੋਂ ਇੱਕ ਸਵਾਲ ਪੁੱਛਿਆ ਜਾਂਦਾ ਨਾਮ ਹੈ ਕੀ ਬਹੁਤ ਸਰਲ ਸ਼ਬਦਾਂ 'ਚ ਜਿਹੜੀ ਗੱਲ ਸਾਰੀ ਸੰਗਤਾਂ ਨੂੰ ਸਮਝ ਆ ਸਕੇ ਨਾਮ ਹੈ ਕੀ ਅਤੇ ਉਹਦੇ 'ਚ ਸੁਣਾਉਣਾ ਕਿੱਦਾਂ ਕਿ ਅਖੀਰ 'ਤੇ ਸੁਣਾਉਣ ਦੀ ਗੱਲ ਵਾਹਿਗੁਰੂ ਨਾਮ ਸਤਸੰਗਤ ਕੈਸੀ ਜਾਣੀ ਜਿੱਥੇ ਇੱਕੋ ਨਾਮ ਖਾਣੀ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆ ਬਜਾਈ 'ਚ ਨਾਮ ਸਤਸੰਗਤ ਕੈਸੀ ਜਿੱਥੇ ਇੱਕੋ ਨਾਮ ਨਾਮ ਕੀ ਆ ਇੱਕੋ ਨਾਮ ਹੁਕਮ ਹੈ ਜਿਵੇਂ ਲੈਣੇ ਨੇ ਮੰਨਿਆ ਸੀ ਹੁਕਮ ਗੁਰੂ ਨਾਨਕ ਸਾਹਿਬ ਜੀ ਦਾ ਉਹ ਨਾਮ ਹੁਕਮ ਆ ਵਾਹਿਗੁਰੂ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆ ਬਜਾਈ 'ਚ ਮੈਨੂੰ ਗੁਰੂ ਨਾਨਕ ਨੇ ਇਹ ਪੱਕਾ ਕਰਕੇ ਮੇਰੇ ਹਿਰਦੇ 'ਚ ਵਸਾ ਦਿੱਤਾ ਵੀ ਉਹਦੇ ਨੂੰ ਹੁਕਮ ਮੰਨੀਆਂ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਜਦੋਂ ਉਹਦੇ ਹੁਕਮ ਦੇ ਵਿੱਚ ਆ ਜਾਵਾਂਗੇ ਅਤੇ ਉਹਨੂੰ ਨਾਮ ਕਹਿੰਦੇ ਆ ਨਾਮ ਹਿਰਦੇ ਦੇ ਪਿਆਰ ਦੇ ਵਿੱਚ ਗੁਰੂ ਗਰੀਬ ਨਿਵਾਸ ਦੇ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਦਾ ਅਸੀਂ ਕਿਸੇ ਵੀ ਨਾਂ ਦੇ ਨਾਲ ਉਹਨਾਂ ਦਾ ਉਚਾਰਨ ਹਿਰਦੇ ਦੇ ਦਰਅਸਲ ਰੱਬ ਦੇ ਪਿਆਰ ਨੂੰ ਤੁਸੀਂ ਕਿਸੇ ਵੀ ਨਾਂ ਦੇ ਨਾਲ ਪ੍ਰਗਟ ਕਰਦੇ ਹੋ ਉਹਨੂੰ ਨਾਮ ਹੀ ਕਿਹਾ ਜਾਂਦਾ। ਬਾਬਾ ਜੀ ਇੱਕ ਸਵਾਲ ਇਹ ਨਾਮ ਜਪਿਆ ਕਿਵੇਂ ਜਾਵੇ ਬੜਾ ਸਵਾਲ ਆਮ ਪੁੱਛਿਆ ਜਾਂਦਾ। ਚਾਰ ਅਵਸਥਾ ਨੇ ਸਤਸੰਗ ਜੀ ਨਾਮ ਜਪਣ ਦੀਆਂ ਪਹਿਲੀ ਸਭ ਤੋਂ ਵੈਖਰੀ ਬਾਣੀ ਵੈਖਰੀ ਬਾਣੀ ਦੇ ਵਿੱਚ ਆਪਾਂ ਸਾਰੇ ਨਾਮ ਜਪਦੇ ਹਾਂ ਸਿਮਰਨ ਕਰਦੇ ਹਾਂ ਵਾਹਿਗੁਰੂ 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 ਅਤੇ ਦੂਜੀ ਅਵਸਥਾ ਦੇ ਵਿੱਚ ਪਸੰਤੀ ਬਾਣੀ ਗਲੇ ਦੇ ਵਿੱਚ ਚਲੀ ਜਾਂਦੀ ਹੈ ਜਨਮ ਵੀ ਦੋ ਚਾਰ ਲੱਗਦੇ ਆ ਉਹਨੂੰ ਇੱਕ ਦਿਨ 'ਚ ਨਹੀਂ ਉਹ ਫਿਰ ਜਦੋਂ ਇੱਥੇ ਅਸੀਂ ਇੱਕ ਜਪਜੀ ਸਾਹਿਬ ਦਾ ਵੈਖਰੀ ਬਾਣੀ ਦੇ ਵਿੱਚ ਪਾਠ ਕੀਤਾ ਉਹਦਾ ਫਲ ਇੱਕ ਪਾਠ 'ਚ ਨਹੀਂ ਹੈ ਅਤੇ ਜਦੋਂ ਪਸੰਤੀ ਬਾਣੀ ਦੇ ਵਿੱਚ ਗਲੇ ਦੇ ਵਿੱਚ ਕੁਛ ਸਾਡੇ ਜਨਮ ਵੀ ਦੋ ਚਾਰ ਬਦਲ ਕੇ ਇੱਦਾਂ ਨੂੰ ਲੱਗਿਆ ਹੋਇਆ ਫਿਰ ਉਹਦਾ ਸੌ ਗੁਣਾ ਫਲ ਮਿਲਦਾ ਸਤਸੰਗਤ ਜੀ ਅਤੇ ਗਲੇ ਦੇ ਵਿੱਚ ਆਪ ਜੀ ਦਾ ਕੁਐਸਚਨ ਕੀ ਸੀ ਨਾਮ ਕਿਵੇਂ ਜਪਿਆ ਜਾਂਦਾ ਹਾਂ ਨਾਮ ਅਤੇ ਉਹ ਦੂਜੀ ਅਵਸਥਾ ਆ ਗਈ ਵੈਖਰੀ ਪਸੰਤੀ ਪਸੰਤੀ ਦੇ ਵਿੱਚ ਫਿਰ ਇੱਕ ਪਾਠ ਜਪਜੀ ਸਾਹਿਬ ਦਾ ਐਸੀ ਅਵਸਥਾ ਬਣ ਜਾਂਦੀ ਆ ਸੌ ਪਾਠ ਜਿੰਨਾ ਫਲ ਤੀਜੀ ਅਵਸਥਾ ਮਧਮ ਹਿਰਦੇ 'ਚ ਬਣ ਜਾਂਦਾ ਕੁਛ ਉੱਧਰੋਂ ਜਨਮ ਵੀ ਬਦਲੇ ਜਿਹੜਾ ਇਸ ਪਾਸੇ ਨੂੰ ਲੱਗ ਗਿਆ ਉਹ ਜਾਗਦਾ ਹੀ ਫਿਰ ਇੱਧਰ ਨੂੰ ਆ ਜਾਂਦਾ ਜਾਗਦਾ ਹੀ ਫਿਰ ਇੱਧਰ ਨੂੰ ਆ ਜਾਂਦਾ ਜਨਮ ਬਦਲਦਾ ਰਹਿੰਦਾ ਸੋ ਉਹ ਉੱਥੇ ਫਿਰ ਤੀਜੀ ਅਵਸਥਾ ਦੇ ਵਿੱਚ ਹਿਰਦੇ ਦੇ ਵਿੱਚ ਜਦੋਂ ਪ੍ਰਭੂ ਦਾ ਸਿਮਰਨ ਸ਼ੁਰੂ ਹੋ ਜਾਵੇ ਉੱਥੇ ਫਿਰ ਇੱਕ ਹਜ਼ਾਰ ਇੱਕ ਜਪਜੀ ਸਾਹਿਬ ਦਾ ਪਾਠ ਕੀਤਾ ਇੱਕ ਹਜ਼ਾਰ ਦਾ ਅਤੇ ਚੌਥੀ ਤੁਰੀ ਆ ਪਰਾਵਾਣੀ ਪਰਾਵਾਣੀ ਦੇ ਵਿੱਚ 3.5 ਕਰੋੜ ਸਾਡੇ ਸਰੀਰ ਦਾ ਰੋਮ ਆ ਇਹ ਸਾਰਿਆਂ ਦੀ ਅਤੇ 3.5 ਕਰੋੜ ਸਰੀਰ ਦੀ ਜੜ ਇੱਥੇ ਆ ਨਾਭ ਕਮਲੀ ਦੇ ਵਿੱਚ ਅਤੇ ਜਦੋਂ ਰੱਬ ਦਾ ਪਿਆਰਾ ਇੱਥੇ ਚੌਥੀ ਅਜੱਪਾ ਜਾਪ ਦੀ ਅਵਸਥਾ ਬਣਦੀ ਆ ਅਜੱਪਾ ਜਾਪ ਕਹਿੰਦੇ ਬਿਨਾਂ ਜਪਣ ਤੋਂ ਉੱਥੇ ਫਿਰ ਚੱਲ ਪੈਂਦਾ ਸਾਰੇ 3.5 ਕਰੋੜ ਰੋਮ ਦੀ ਜੜ ਇੱਥੇ ਆ ਸਤਸੰਗ ਜੀ ਉੱਥੇ ਫਿਰ ਜਦੋਂ ਰੱਬ ਦਾ ਪਿਆਰਾ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦਾ ਉਹ ਸਾਰੇ ਰੋਮਾਂ 'ਤੇ ਗੁਰਮੁਖ ਰੋਮ ਰੋਮ ਹਰ ਦਿਆਵੇ ਨਾਨਕ ਗੁਰਮੁਖ ਸਾਧ ਸਮਾਵੇ
ਰੋਮ ਰੋਮ ਥਈ 3.5 ਕਰੋੜ ਰੋਮ ਥਈ ਰੱਬ ਦਾ ਪਿਆਰਾ ਕੱਢ ਦਿੰਦਾ ਨਾਮ ਨੂੰ। ਨਾਮ ਦੀ ਜੁਗਤੀ ਇੱਕ ਇਹ ਨਿਸ਼ਕਾਮ, ਜਿਵੇਂ ਬਾਬਾ ਮਹਿੰਦਰ ਸਿੰਘ ਜੀ ਦਾ ਨਿਸ਼ਕਾਮ ਜੱਥਾ ਨਿਸ਼ਕਾਮ ਸੇਵਾ ਦੇ ਨਾਲ, ਇਹ ਬਿਨਾਂ ਕਿਸੇ ਇੱਛਾ ਤੋਂ ਰਹਿਤ ਹੋ ਕੇ ਨਾਮ ਜਪਿਆ ਜਾਵੇ ਅਤੇ ਉਹ ਨਾਮ ਸਫਲੀਪੂਰਤ ਹੋਇਆ ਕਰਦਾ। ਸੰਤ ਬਾਬਾ ਲਾਭ ਸਿੰਘ ਜੀ, ਤੁਸੀਂ ਸੰਤ ਬਾਬਾ ਸੇਵਾ ਸਿੰਘ ਜੀ ਨਾਲ ਬੜਾ ਲੰਬਾ ਸਮਾਂ ਸੇਵਾ ਕੀਤੀ, ਆਪ ਹੁਣ ਸੇਵਾ ਕਰ ਰਹੇ ਹੋ। ਸੰਤ ਬਾਬਾ ਸੇਵਾ ਸਿੰਘ ਦੀ ਸੇਵਾਵਾਂ ਦੀ ਗੱਲ ਤਾਂ ਮੈਂ ਵਾਹਿਗੁਰੂ ਸਿੰਘ ਨਾਲ ਕਰ ਲੈਣੀ ਆ। ਸੰਤ ਬਾਬਾ ਸੇਵਾ ਸਿੰਘ ਦੀ ਕੋਈ ਇਹੋ ਜਿਹੀ ਯਾਦ ਜਿਹੜੀ ਸੰਗਤਾਂ ਨੂੰ ਪੂਰੀ ਕੋਈ ਦੁਨੀਆ 'ਚ ਗੱਲ ਸੁਣੀ ਜਾ ਰਹੀ ਹੈ, ਇਹ ਗੁਰਮਤ ਨਾਲ ਜੋੜ ਸਕੀ, ਉਹਨਾਂ ਦੀ ਕੋਈ ਇਹੋ ਜਿਹੀ ਗੱਲ ਜਿਹੜੀ ਮਨ ਨੂੰ ਟੁੱਟ ਸਕੀ, ਕੋਈ ਯਾਦ ਆ। ਬਾਬਾ ਜੀ ਕੋਈ ਸਾਰਿਆਂ ਨੂੰ ਦੱਸੀ ਵੀ ਉਸ ਵਾਹਿਗੁਰੂ ਜਿਹੜਾ ਸਾਨੂੰ ਪੈਦਾ ਕਰਨ ਵਾਲਾ ਹੈ, ਸਾਰਿਆਂ ਨੂੰ ਪਾਲਣ ਵਾਲਾ ਹੈ, ਸਾਰਿਆਂ ਦਾ ਆਸਰਾ ਹੈ, ਉਸ ਹੁਣ ਇੱਕੋ ਜਪ ਇੱਕ ਸਲਾਹ ਇੱਕ ਸਿਮਰ ਇੱਕੋ ਮੰਨਿਆ ਇੱਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਇੱਕ ਭੂਅੰਤ ਇੱਕੋ ਇੱਕ ਇੱਕ ਰਿਆਪ ਪੂਰਨ ਪੂਰੇ ਉਪਰਾਪ ਅਨਕ ਵਿਸਥਾਰ ਇੱਕ ਤੇ ਪਏ ਇੱਕ ਰਾਜ ਭਾਸ ਗਏ ਮੰਤਨ ਅੰਤ ਇੱਕ ਪਰਬਤਾ ਗੁਰਪ੍ਰਸਾਦ ਨਾਨਕ ਜਾਤਾ ਜਿਹਨੇ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਇੱਕ ਜਾਣ ਲਿਆ ਸਾਰਿਆਂ ਵੀ ਰੱਬ ਰਿਹਾ ਹੈ ਉਸੇ ਦਾ ਹੀ ਆਸਰਾ ਲਈਏ ਉਹਨੂੰ ਯਾਦ ਕਰ ਲਈਏ ਅਤੇ ਉਹਦੇ ਆਸਰੇ ਵਿੱਚ ਆਪਣੇ ਜੀਵਨ ਬਿਤਾਈਏ ਇਸ ਤਰ੍ਹਾਂ ਜੀਵਨ ਸਫਲ ਹੁੰਦਾ ਹੈ। ਬਾਣੀ 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 ਜਿਹੜੀ ਬਾਣੀ ਦੇ ਵਿੱਚ ਹੈ ਯੁਗ ਲਿਖਿਆ ਹੈ ਉਹ ਇਹੋ ਹੀ ਹੈ ਵੀ ਇੱਕ ਨੂੰ ਅਸੀਂ ਧਿਆਈਏ ਵਾਹਿਗੁਰੂ ਜਿਹੜੇ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਸਾਰਿਆਂ ਨੂੰ ਪਾਲਣ ਵਾਲਾ ਹੈ, ਸਾਰਿਆਂ ਨੂੰ ਖੈ ਕਰਨ ਵਾਲਾ ਹੈ, ਉਸ ਦੇ ਆਸਰੇ ਲਈਏ ਅਤੇ ਇਹੋ ਜੀਵਨ ਦਾ ਲਾਹ ਹੈ, ਇਹਨੂੰ ਆਪਣੇ ਜੀਵਨ ਦੇ ਵਿੱਚ ਘਟਾ ਕੇ ਅਤੇ ਜੀਵਨ ਸਫਲ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਇੱਕ ਨਾਲ ਜੁੜ ਜਾਈਏ ਬਸ ਇਹੀ ਜੀਵਨ ਦਾ ਲਾਹ ਹੈ। ਜਦੋਂ ਮਨੁੱਖ ਇੱਕ ਨਾਲ ਟੁੱਟਦਾ ਹੈ ਦੁਵੈਖ ਪੈਦਾ ਹੁੰਦੀ ਹੈ, ਦੁਬਧਾ ਪੈਦਾ ਹੁੰਦੀ ਹੈ, ਦੁਚਿੱਤੀ ਪੈਦਾ ਹੁੰਦੀ ਹੈ, ਉਹੀ ਦੁੱਖਾਂ ਦਾ ਕਾਰਨ ਹੈ। ਅਤੇ ਸੰਤ ਬਾਬਾ ਸੇਵਾ ਸਿੰਘ ਦਾ ਇੱਕ ਤਰ੍ਹਾਂ ਦਾ ਉਦੇਸ਼ ਹੋਇਆ ਕਰਦਾ ਹੈ ਜਿਹੜਾ ਕਿ ਇੱਕ ਨਾਲ ਜੁੜਨ ਵਾਲੀ ਗੱਲ ਹੀ ਹੈ। ਅਤੇ ਸ਼ਾਇਦ ਇਹੀ ਗੱਲ ਹੀ ਹੈ ਕਿ ਮਹਾਂਪੁਰਸ਼ਾਂ ਦੀ ਸੰਗਤ ਕਿ ਸੰਗਤ ਦੇ ਨਾਲ ਵੀ ਇੱਕ ਅਲੱਗ ਹੋਇਆ ਸੰਗਤ ਦਾ ਵੱਲ ਸੰਗਤ ਇੱਕ ਵਾਲੀ ਇਹ ਗੱਲ ਜਿਹੜੀ ਆ। ਸੰਤ ਬਾਬਾ ਸੇਵਾ ਸਿੰਘ ਜੀ ਨੇ ਕਿਹੜੀਆਂ ਕਿਹੜੀਆਂ ਸੇਵਾਵਾਂ ਆਰੰਭ 'ਚ ਕੀਤੀਆਂ ਸੀ? ਬੇਨਤੀ ਹੈ ਜਿਹਦੇ ਨਾਂ ਨਹੀਂ ਲਿਖਣ ਜਿਹੜੇ ਦੇਖ ਲਈਏ ਜਿਹੜੀਆਂ ਹੋ ਗਈਆਂ ਬੋਲੀਆਂ ਅਸੀਂ ਸੇਵਾ ਕਰਕੇ ਦੇਖਾਂ ਮਿੱਟੀ ਨੂੰ ਸੌਂਪ ਦਿੰਦੇ ਹਾਂ, ਜੇ ਹੋਰ ਕਿਸੇ ਨੇ ਸੁੱਟ ਕੇ ਸੇਵਾ ਹੋਈ ਹੈ ਤਾਂ ਉਹ ਵੀ ਸੰਗਤਾਂ ਨੂੰ ਸੌਂਪ ਦਿੰਦੇ ਹਾਂ, ਸਾਰੀਆਂ ਸੌਂਪੀਆਂ ਸੰਗਤਾਂ ਨੂੰ। ਸਾਨੂੰ ਯਾਦ ਨਹੀਂ ਕਿੱਥੇ ਕਿਤੇ ਸੇਵਾ ਕੀਤੀ ਆ, ਇਹ ਦੇਖਣ ਵਾਲੇ ਜਾਣਦੇ ਹਨ ਲਿਖਣ ਵਾਲੇ ਜਾਣਦੇ ਹਨ। ਬਹੁਤ ਵੱਡੀ ਗੱਲ ਕਿ ਸੇਵਾ ਕਰਨੀ ਹੈ ਨਿਸ਼ਕਾਮ ਕਰਨੀ ਹੈ ਤੁਹਾਨੂੰ ਯਾਦ ਵੀ ਨਹੀਂ ਰੱਖਣਾ, ਪਰ ਵਾਹਿਗੁਰੂ ਸਿੰਘ ਜੀ ਆਪਾਂ ਤਾਂ ਦੁਨਿਆ ਵੀ ਜੀਵ ਹਾਂ। ਸੰਤ ਬਾਬਾ ਸੇਵਾ ਸਿੰਘ ਨੇ ਕਿਹੜੀਆਂ ਕਿਹੜੀਆਂ ਸੇਵਾਵਾਂ ਕੀਤੀਆਂ ਅਤੇ ਬਾਬਾ ਜੀ ਨਾਲ ਬਚਪਨ ਦੇ ਵਿੱਚ ਅੰਮ੍ਰਿਤਸਰ ਹਾਂਜੀ ਜਦੋਂ ਕਾਲਜ ਆਪਣਾ ਕਿਰਤ ਕਰਦੇ ਸਨ ਹਾਂਜੀ ਤਾਂ ਬਾਬਾ ਸੇਵਾ ਸਿੰਘ ਜੀ ਤੜਕੇ ਤੰਬੇ ਉੱਠ ਕੇ ਨਾ ਚਾਵਲ ਮੰਡੀ ਵਾਲੇ ਪਾਸੇ ਹਲਟੀਆਂ ਲੱਗੀਆਂ ਹੁੰਦੀਆਂ ਸੀ ਜਿਹੜੇ ਪੁਰਾਣੇ ਬੰਦੇ ਨੇ ਉਹਨੂੰ ਸਾਰਿਆਂ ਨੂੰ ਹਲਟੀ ਕਿਹੜੀ ਚੀਜ਼ ਤੁਹਾਡੇ ਤੋਂ ਪਤਾ ਪਿਆ, ਉਹਨੂੰ ਗੇੜ ਕੇ ਸੰਗਤ ਨੂੰ ਵਾਜਦੇ ਨੇ ਗੁਰਮੁਖੋ ਜਿਨ੍ਹਾਂ ਨੇ ਗੁਰੂ ਰਾਮਦਾਸ ਮਹਾਰਾਜ ਦੇ ਸਰੋਵਰ ਚੁੱਭਾ ਮਾਰਨਾ ਪਹਿਲਾਂ ਬਾਹਰ ਇਸ਼ਨਾਨ ਕਰੋ, ਫਿਰ ਬਾਬਾ ਸੇਵਾ ਸਿੰਘ ਜੀ ਨੇ ਜਿਸ ਦੁਕਾਨ 'ਤੇ ਆਪਣੀ ਕਿਰਤ ਕਰਨੀ ਨਾ ਉਹ ਦੁਕਾਨ ਵਾਲੇ ਨੂੰ ਪਹਿਲਾਂ ਕਹਿੰਦਾ ਮੈਂ 3 ਵਜੇ ਦੁਪਹਿਰੀ ਛੁੱਟੀ ਕਰ ਦੇਣੀ ਹੈ, ਛੁੱਟੀ ਕਰਕੇ ਬਾਬਾ ਸੇਵਾ ਸਿੰਘ ਜੀ ਨੇ ਹਰਿਮੰਦਰ ਸਾਹਿਬ ਪੁੱਲ ਦੀ ਸੇਵਾ ਕਰਾਉਣੀ ਜਿਹੜੀ ਕਿ ਸੰਤ ਬਾਬਾ ਲਾਭ ਸਿੰਘ ਜੀ ਦਾ ਬੜਾ ਵੱਡਾ ਉੱਦਮ ਹੈ। ਜਿਹੜੇ ਜਿਹੜੇ ਕੰਮ ਬਾਬਾ ਸੇਵਾ ਸਿੰਘ ਜੀ ਨੇ ਆਰੰਭ ਕੀਤੇ ਨੇ ਬਾਬੇ ਨੇ ਬੰਦ ਨਹੀਂ ਹੋਣ ਦਿੱਤੇ, ਅੱਜ ਵੀ ਉਹ ਸੇਵਾ ਹਰਿਮੰਦਰ ਸਾਹਿਬ ਪੁੱਲ ਦੀ ਸੇਵਾ ਉਸੇ ਤਰ੍ਹਾਂ ਨਿਰੰਤਰ ਜਾਰੀ ਹੈ। ਉਸ ਤੋਂ ਬਾਅਦ ਸੰਤ ਬਾਬਾ ਸੇਵਾ ਸਿੰਘ ਜੀ ਸੰਨ 1957 ਦੇ ਵਿੱਚ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗਏ, ਜਦੋਂ ਕੋਈ ਰਸਤਾ ਕੋਈ ਪੈਂਡਾ ਨਹੀਂ ਸੀ, ਕੋਈ ਸੜਕ ਨਹੀਂ ਸੀ, ਕੋਈ ਪੁੱਲ ਨਹੀਂ ਸੀ, ਇਹ ਗਏ ਕਠਨ ਦੇ ਨਾਲ। ਜਿਸ ਤਰ੍ਹਾਂ ਬਾਬਾ ਜੀ ਉੱਥੇ ਪਹੁੰਚੇ ਬਾਬਾ ਜੀ ਨੇ ਸਾਰੇ ਗੁਰਦੁਆਰਾ ਦਰਸ਼ਨ ਕੀਤੇ, ਜਦੋਂ ਕਿਲ੍ਹਾ ਆਨੰਦਗੜ੍ਹ ਸਾਹਿਬ ਆਏ ਨਾ ਇੱਕ ਮਾਤਾ ਨੇ ਆਵਾਜ਼ ਦਿੱਤੀ ਗੁਰਮੁਖ ਪਿਆਰਿਆ ਕਿੱਧਰ ਆਏ ਹਾਂ, ਅਤੇ ਬਾਬਾ ਸੇਵਾ ਸਿੰਘ ਗੁਰੂ ਦੀਆਂ ਯਾਦਾਂ ਦੇਖਣ ਵਾਸਤੇ ਆਏ ਹਾਂ, ਅਤੇ ਮਾਤਾ ਜੀ ਨੇ ਅੱਗੋਂ ਸਵਾਲ ਕਰ ਦਿੱਤਾ ਇਹਦੇ ਡੱਠੇ ਖੋਲੇ ਨੇ, ਅਤੇ ਬਾਬਾ ਸੇਵਾ ਸਿੰਘ ਜੀ ਨੇ ਬਚਨ ਕੀਤਾ ਮਾਤਾ ਜੇ ਜ਼ਿੰਦਗੀ ਰਹੀ ਇਹ ਗੁਰੂ ਕੇ ਮਹਿਲ ਬਣ ਗਏ, ਗੁਰੂ ਕੇ ਅਸਥਾਨ ਬਣ ਗਏ। ਸੰਤ ਬਾਬਾ ਸੇਵਾ ਸਿੰਘ ਜੀ ਨੇ ਜਿਨ੍ਹਾਂ ਦੇ ਬੱਚੇ ਸਨ ਸਭ ਕੁਝ ਤਿਆਗ ਕੇ, ਜਿਸ ਤਰ੍ਹਾਂ ਸੰਤ ਬਾਬਾ ਲਾਭ ਸਿੰਘ ਜੀ ਨੇ ਆਪਣੇ ਸਾਰੇ ਪਰਿਵਾਰ ਨੂੰ ਤਿਆਗ ਕੇ ਅੱਜ ਸੰਤ ਬਾਬਾ ਸੇਵਾ ਸਿੰਘ ਦਾ ਬਚਨ ਕਰਦੇ ਨੇ, ਇਹ ਕਦੀ ਵੀ ਜ਼ਿਕਰ ਨਹੀਂ ਕਰਦੇ ਵੀ ਮੇਰਾ ਨਾਂ ਲਵੋ, ਉਹ ਹਮੇਸ਼ਾ ਕਹਿੰਦੇ ਨੇ ਸੰਤ ਬਾਬਾ ਸੇਵਾ ਸਿੰਘ ਦਾ ਨਾਂ ਲਵੋ, ਜਿੱਥੇ ਬੋਲਦੇ ਹੋ ਸੰਤ ਬਾਬਾ ਸੇਵਾ ਸਿੰਘ ਨੇ ਮੈਨੂੰ ਆਪਣੇ ਚਰਨਾਂ ਦੇ ਨਾਲ ਲਾ ਕੇ ਇੱਥੇ ਮੈਨੂੰ ਪਹੁੰਚਾਇਆ। ਸੋ ਬਾਬਾ ਸੇਵਾ ਸਿੰਘ ਜੀ ਨੇ ਆਪਣੇ ਪਿੰਡ ਦੇ ਕੋਲ ਸੰਤ ਬਾਬਾ ਸਨ ਮਹਾਂਪੁਰਸ਼ ਜਿਹੜੇ ਬਾਬਾ ਘਨੱਈਆ ਸਿੰਘ ਜੀ ਪਠਾਵੇ ਵਾਲੇ ਉਹਨਾਂ ਪਾਸ ਗਏ,
उन्होंने जाके बेनती की बाबा जी यह बचन माता ने किया, माता अलोप हो गई जो मैं देखा, मगर कहता भाव से लोगों के मन च आया माता आप ही आई है, माता गुजरी जी सात संगत ये गुरु की कृपा के नाल बाबा सेवा सिंह ने सब अपना कारोबार छड़ के संत बाबा कन्हैया सिंह का बचन पूरा किया। उन्हें कहा भाई तेरा नाम सेवा सिंह है तू सेवा कर, तो बाबा सेवा सिंह जी ने कई साल सेवा नहीं करा सके, लोगों को किसी को अठा ने मंगने चार ने मंगने पांजा ने मंगने अपने हलवाई सिंघा को दवाई का बाबा ही काम करते सन, सात संगत इस तरह करके बाबा जी ने बड़ी कठिन सेवा की। सन 1972 के बाबा सेवा सिंह जी इंग्लैंड आए, उन्हों का पूरन महापुरश संत बाबा पूरन सिंह मेल होया, भाई नरंग सिंह जी मेल होया, सात संगत उन्होंने बाबा सेवा सिंह की बह मैगी कमां बाह कमां फड़ी, उन्होंने इतों के गुरमुख प्यारे जिन्हें जिन्हें ड्यूटी लाई उन्होंने घरों घरी जा के अज ही प्रेमी सवेरे गल दस रहा सी, असी लोगों के कुंडे खड़का खड़का घर के बूहे खड़का करके किसी को पांच पौंड एक पौंड दो पौंड कट्ठे कट्ठे करके बाबा सेवा सिंह माया कट्ठी करके दिती। तो बाबा सेवा सिंह जी ने सात संगत 244 जगह पर जोड़ा सर्वे किया सेवा कराइया ने, जिले बेअंत गुरु घर ने जिन्हों गुरु तेग बहादुर महाराज का जन्म स्थान अमृतसर, गुरु रामदास महाराज का घर, गुरु अर्जन देव जिथे को महाराज रेंदे सन आप गुरु रामदास जी, उस संत बाबा सेवा सिंह जी ने बिल्डिंगा खरीदियाँ, अज अस 87 बिल्डिंगा खरीद के उस गुरुद्वारे की अलीशान इमारत जिहड़ी कि भाई नरंग सिंह जी भाई महिंदर सिंह जी जिहड़े कि हुण सेवा करवा रहे ने निष्काम सेवक जत्थे की, इन्होंने अपने अखां नाल जाके जिज्जा वेखे ने उत्थे रहिंदे रहे ने जाके पुराने मकानां दे विच बाबा सेवा सिंह दे नाल। सात संगत अज बाबा सेवा सिंह जी दीआं सेवा जिहड़ियां ने बेअंत ने जिस तरह कि बाबा लाल सिंह हुणे बचन कीता तुहाडे नाल, क्यों बाबा सेवा सिंह जी ने 3 गुरु महाराज जन्म स्थान बनाए ने, कीरतपुर साहब गुरु हर राय साहब गुरु हरकृष्ण साहब का, असी हुणे 22 तरीक नूं मना के तुरी आने मैं, क्योंकि भाई साहब जी का बचन सी बाबा जी तुसीं संपट पाठां जरूर पहुँचो, बाबा जी का बचन पूरा करके इत्थे 26 तरीक वाले दिन दे पहुँचे हुए ने। तो मैं जिहड़ी चीज़ खूबी वेखी ना तुहाडा चैनल जिहड़ा सी जिस घर ही ठहरे सन प्रेमी दे उन्हां घर चल रहा सी, बच्चे मेरा ख्याल उह घर गहम गहम भरे हुए सन, तो बजुर्ग ही बैठे सन असीं जाके बह गए चैनल दे विच, बच्चे उसले अपना प्रोग्राम कर रहे सन, ये वेख के बड़े मन नूं खुशी होई जिहड़ा तुसीं सिख चैनल दा जिहड़ा जो भी चला रहे हो ये बड़ा एक वड्डा शलंघा जो कदम है, क्योंकि अज का समय भी इस नूं होर चलाया जाए। इस तों बाद संत बाबा सेवा सिंह जी ने जिहदे विच गुरुद्वारे बनाए ने, एक पी जी हॉस्पिटल चंडीगढ़ सराह चल रही है बड़ी वड्डी जगह, बाबा सेवा सिंह जी बाबा लाल सिंह जी किसी की खबर लैन वास्ते गए सन, उत्थे जा के वेख्या भी लोग दर्शकों से सुते हुए ने, तो बाबा सेवा सिंह का बचन होया इत्थे भी कुछ जगह बननी चाहिए है, तो बाबा लाभ सिंह जी ने बचन पूरा करके अज उत्थे एक सराह बनाई हुई है, बड़े वड्डे हाल बनाए ने, 24 घंटे गुरु का लंगर चलता, सात संगत हर लोड़वंद की उत्थे लोड़ पूरी होंदी है, उत्थों के सहजधारी प्रेमी भी उहदे नाल जुड़े हुए ने, एक प्रेमी है जिहड़ा फील्ड का काम करता है, मैं मिसाल तौर पर सेवा की गल कर रहा वहाँ, उन्हें तकरीबन 10 गऊं मझां रखी ने, उन्हें अपने घर कली दुध लैके नहीं उहदा गया, दुध कित्थे लिआंदा पी जी हॉस्पिटल चंडीगढ़ के दो वेले चाह बना के लिआंदा जिहड़ी कि वरतांदा, ये बड़ी वड्डी सेवा। इस तरह प्रतापपुर की सेवा, कीरतपुर साहब महाराज गुरु हर राय गुरु हरकृष्ण साहब की सेवा, उस तों बाद बाबा जी ने हुण जिहड़ी वड्डी सेवा करा रहे ना बहुत वड्डी सेवा जिहड़ी मुख सेवा संत बाबा सेवा सिंह जी का संत बाबा पूरन सिंह जी का जिहड़ा गल चल रही है, महापुरश बोल रहे सन बाबा जी दस रहे सन भी सानू किस गुरु नाल लगना चाहिए, उत्थे भी सवाल है चीज़ है गुरु ग्रंथ साहिब महाराज जी का। संत बाबा सेवा सिंह जी ने श्रोमणी कमेटी का प्रधान गुरचरण सिंह जी टोहर नूं सवाल किया साडा गुरु बाजारां च नहीं विकना चाहिए गुरु ग्रंथ साहिब, सात संगत ये बड़ी खुशी की गल है, अज तो 5 साल पहलों पंजाब सरकार ने गुरु ग्रंथ साहिब महाराज का बाजार दीआं बीड़ां बंद करतीआं, फिर इन्होंने फैसला किया दमदम साहब प्रेस लाई जाए सरहंद लाई जाए, बाबा लाल सिंह चुप किए रहे ने, जदों वारी आई अमृतसर की बाबा जी नूं मक्कड़ साहब ने आप बेनती की बाबा जी तुसीं इत्थे गुरु ग्रंथ साहिब भवन बनाओ असीं भी पूरा नाल सहयोग देवांगे, सात संगत अज गुरु की कृपा नाल गुरु जिथे गुरु अर्जन देव पातशाह ने गुरु ग्रंथ साहिब महाराज की रचना की है, तो बाबा लाल सिंह जी ने उहदी बिल्डिंग अलीशान बना के श्रोमणी कमेटी नूं 1 साल 8 महीने तैयार करके देती है, हाले बेसमेंट बननी है। एक होर वड्डी जिहड़ी गल आ लोग सवाल करते हैं बाबा जी गुरुद्वारे बनाते हो बच्चों, जिस तरह कि भाई साहब जी हुणे बड़ा उद्यम कर रहे हैं बच्चों से स्कूल बना रहे हैं, इत्थे बाबा लाभ सिंह जी ने अज तो
8 साल पहलों 32 स्कूल बनाए सरकारी, असी खुद सवाल करने वाले बाबा जी सरकारी स्कूल क्यों बना रहे हो, तो बाबा कहते बच्चे साढ़े पढ़ते हैं, जो छत डिग पई तो बच्चे साढ़े नुकसान होना है। बाबा सेवा सिंह जी संपर्दा वालों 32 स्कूल बना के पंजाब सरकार को दिते, जिद बाबा लाभ सिंह जी ने मसीहे का खिताब दे के सन्मान किया गया। इस तरह चीफ खालसा दवान ने भी बाबा जी का स्कूल बनाए, चीफ खालसा दवान ने भी बाबा लाभ सिंह जी का बहुत व्डा पद्धर से सन्मान किया। इस तरह हूँ पंजाब सरकार वालों भी 15 अगस्त को गोलबाग के बाबा लाभ सिंह जी का सन्मान किया गया, क्योंकि बाबा जी जिते गुरुद्वारे बनाते हैं उत्ते सड़कां पुल भी बनाते हैं। तकरीबन बाबा जी ने यह जगह के पुल बनाए। दास ने भी सवाल किया, बाबा जी इतने कोई प्रेमी नज़र नहीं आन दिया, कोई संगत नज़र नहीं आन दी, तुसी एडा वड्डा पुल बनाए जाते हो, इस पुल है पटियाले दे कोल लैंबड़ा पिंड है उहदे कोल है जिते बाबा जी पुल बना रहे हैं। सिर्फ उत्थों झोने के कनक की बाबा जी जरूर उगराई जाती है, हुण बाबा जी गुरुद्वारा ही बना रहे हैं उत्थे पिंड दे विच। इस तरह कहन दा भाव है बाबा जी यह सवाल नहीं कि माया आनी कित्थों है, माया संगतां बहुत वड्डा सहयोग दिंदियां ने, जिस तरह कि संत बाबा पूरन सिंह जी की अरदास, संत बाबा भाई नरंग सिंह होना जी जिहड़ा सहयोग है। हुणे हजूर साहब जदों लंगर लाया ना, कई बंदे सवाल करते हैं भी लंगर दे बड़े लगे सी, जदों भाई मिंदर सिंह जी ने बाबा जी रल के उत्थे लंगर लाया, हजूर साहब जदों गुरु ग्रंथ साहिब वाले दिन आया, सात संगत पक्खे लगे हुए सन, जिहड़े इत्थों दे प्रेमी गए सन वो आप थालियां वरताते सन, आप ही चुकते सन, जिहड़ियां बीबियां सन चिट्टे सूट पाए उन्होंने सात संगत उत्थे उन्होंने जो भांडे माए ने, लोग रिहान होंदे सन इलाके दे। ये गल्लां बड़ियां एक सेवा दियां वेखण वालियां ने, सतगुरु की सेवा सफल है, जे को करे चित लाए मन चिंदिया फल पावना होमे विचों जाए, होमे विचों कढ के जिहड़ी सेवा भाई साहब जी निभा रहे ने यह बड़ी शलंघा योग है, क्योंकि बाबा जी ने गुरुद्वारे बनाए ने, पुल बनाए ने, स्कूल बनाए ने, बिरध आश्रम बनाए ने, एक बाबे ने गौशाला भी बनाई है, बड़ी सोचने वाली गल है। आम तौर पर गऊं शाला नहीं बनाते महापुरश, बाबा जी के प्रबंध चल रही हैं, जिते इस वेल घटो घट भी 500 तो उपर उ बेसहारा मझा गऊं बैठिया ने, जिन्हों बगैर राशन खाने को मिलता है, बंद प्रबंध है, उत्थे दूध नहीं देंदी, जे वो गऊं किसी ना संभालन तो बुचड़ा ने लिया नहीं, स्टोरी चलो बुचड़ा तो होंगी है, बंगिया ने कोल कोई प्रेमी भगत से कोई बुचड़ लैके आ रहा है, उन्हें क्या कितने लैके चलने, कहता मैं तो बुचड़ हैगा, कहता मैं मुल खरीद के लिया, कितना मुल खरीदया, उन्हें जो मंगया देता, तो गऊं गौशाला लै गया नवें शहर के कोल, उन्होंने गऊं ने संभालियाँ, तो किसी ने बंद सवाल करता तुहाडे गुरमुख प्यारे ने दयावान से तू बाबा लाल सिंह चल जा, वो बाबा लाल सिंह चल गया, बाबा क्या भगत जी जगह दे दो मैं गऊं संभाल लैंदा, उन को सलोहगढ़ जगह से जिहड़ी जगह का कोई मुल नहीं सी, जिते पानी चलता सी उन्हें जगह देती, बाबा जी ने जगह के उत्ते गऊं बन दतियाँ, सात संगत अच्छ 500 तो गऊ है, तो उन्हें जगह भी बड़ी देती है, उन्हें अपना क्रैशर ला लिया, हूँ उत्थे गऊं के भाग ऐसे लगे ने हिमाचल के सलोहगढ़ के कोल, उत्थे लोगों ने फैक्ट्रियां ला लिया, गौरमेंट सबसिडी दी उन्होंने, ये सेवा का मतलब है, जिते कि बाबा जी ने गुरुद्वारे बनाए ने। पर जी बाबा जी गल कर रहे सन, मैंने वो गल तो बड़ी हैरानी हुई है भी बाबा जी वो कहते हैं भी असं जो बनाने पहले नेक गुरुद्वारे ने श्रोमणी कमेटी देते हैं, नाल ही मैं एक और गल पूछना सोचना पाया वा, बाबा जी ने गुरुद्वारे तो देते जो पिंड गुरुद्वारे बनाए ने एडे सोहने, बाबा जी ने वो भी अपने कोल नहीं रखे कोई गुरुद्वारा। फिर उस तों बाद बाबा जी ने मैं एक जगह सवाल किया, मैं बाबा जी के गुरुद्वारे बनाते हो जे तुम किसी भगत ने कहता मसीद बना दो तो वह भी बना दोगे, बाबा कहते तैनू नहीं पता, रोपड़ के अपना आनंदपुर साहब तो ना बाबा जी सब्जी खरीदन जाते हैं लंगर वास्ते, जिसे बाबा जी केसगढ़ भेजते अपने लंगर जी भेजते हैं सारे लंगर भेजते हैं उत्थे ना, फिर बाब एक मुसलमान से उन्हें सवाल है वो मेरे हल कर दिता, तो कहते भगत जी तुम्हें मसीद की बनाना, तुम कहते जी असी साड़ी मसीद ठंडी है रोपड़ के बोलते सानू, बाबा जी तुम समान लै दौ, बाबा जी ने उन्होंने इटा लैतियाँ, सीमेंट लैता, लोहा लैता, ये इस तरह कोई मंदिरों वाल आ जाता बाबा जी मंदिर ही बना देंगे। बाबा जी ने जो कीरतपुर साहब संत बाबा सेवा सिंह जी ने गुरु हर राय गुरु अर्जन साहब सेवा शुरू की ना, थोड़ी जगह सी उसके एक मंदिर आ कृष्ण भगवान जी का, उदो गुरनाम सिंह के वेले वजारत गुरनाम सिंह जी होंगी सी, उन्होंने बाबा सेवा सिंह जी ने उन्होंने बेनती की जाके भी असं उत्थे गुरुद्वारा बनाना सानू मंदिर आंदा साडा कोई मसला हल करो, कहिंदे बाबा सेवा साहब तू लड़ाई करानी उत्थे दूसरी प्रसाद कराना है, बाबा सेवा का चंगा तू बैठा रहो इतें ही हूँ, तू चीफ मिनिस्टर असं अपने गुरु की अरदास करने हैं, अरदास चाहनी गुरु की बरकत है। बाबा सेवा सिंह जी ने गुरु महाराज चरणा च अरदास की, सात संगत वो अज मंदिर जोड़ा बना के बाबा जी ने उन्होंने देता, मकान भी खरीदे, अज गुरु हरकृष्ण साहब महाराज का जो जन्म स्थान जिते कि
23 ਤਰੀਕ ਨੂੰ ਮੈਂ ਦੱਸਿਆ ਸੀ ਮਨਾ ਕੇ ਆ ਰਹੇ ਹਾਂ, ਇਹ ਬੜੀ ਵੱਡੀ ਗੱਲ ਹੈ। ਸੋ ਮੈਂ ਚੈਨਲ ਦਾ ਖਾਸ ਤੌਰ 'ਤੇ ਬੜਾ ਉੱਦਮ ਹੈ, ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ। ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸੰਤ ਬਾਬਾ ਸੇਵਾ ਸਿੰਘ ਜੀ, ਸੇਵਾਦਾਰ ਬਾਬਾ ਲਾਭ ਸਿੰਘ ਜੀ, ਸਾਰੇ ਸੇਵਾਦਾਰਾਂ ਨੂੰ ਬਹੁਤ ਬਹੁਤ ਧੰਨਵਾਦ ਕਰਨਾ। ਖਾਸ ਤੌਰ 'ਤੇ ਤੁਹਾਡਾ, ਕਿਉਂਕਿ ਤੁਹਾਡੇ ਕੱਲ੍ਹ ਦੀ ਇੰਤਜ਼ਾਰ ਹੋ ਰਹੇ ਸੀ ਵੀ ਕਦੋਂ ਆਓਗੇ ਅਤੇ ਅਸੀਂ ਤੁਹਾਡੇ ਦਰਸ਼ਨ ਕਰਾਂਗੇ। ਸੋ ਮੈਂ ਸਾਰਿਆਂ ਨੂੰ ਧੰਨਵਾਦ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਚਾਰ ਨੂੰ ਸਮਰਪਿਤ ਸੰਗਤ ਟੈਲੀਵਿਜ਼ਨ, ਤੁਸੀਂ ਸਾਹਿਬ ਦੇਖ ਰਹੇ ਹੋ ਸੰਗਤ ਟੈਲੀਵਿਜ਼ਨ ਨੂੰ, ਔਰ ਮਹਾਂਪੁਰਸ਼ ਜਿਨ੍ਹਾਂ ਨੇ ਹੁਣੇ ਹੁਣੇ ਇਹ ਟੈਲੀਵਿਜ਼ਨ ਦਾ ਆਇਆ ਹੈ, ਮਹਾਂਪੁਰਸ਼ ਆ ਕੇ ਬਿਰਾਜਮਾਨ ਹੋਏ ਨੇ, ਸੰਤ ਬਾਬਾ ਲਾਭ ਸਿੰਘ ਜੀ, ਸੰਤ ਬਾਬਾ ਕਰਮ ਸਿੰਘ ਜੀ, ਔਰ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਦੀ ਬਦੌਲਤ 'ਤੇ ਮਹਾਂਪੁਰਸ਼ ਸਾਡੀ ਉਚੇਚੀ ਬੇਨਤੀ ਮੰਨ ਕੇ ਇੱਥੇ ਪਹੁੰਚੇ ਨੇ। ਵਾਹਿਗੁਰੂ ਜੀ ਸਿੰਘ ਜੀ ਆਪਣਾ ਗੱਲਬਾਤ ਕਰ ਰਹੇ ਸਨ, ਇਹਨਾਂ ਨੇ ਸੰਤ ਬਾਬਾ ਸੇਵਾ ਸਿੰਘ ਦੇ ਨਾਲ ਵੀ ਇਹ ਸੇਵਾ ਕੀਤੀ ਹੈ, ਸੰਤ ਬਾਬਾ ਲਾਭ ਸਿੰਘ ਦੇ ਨਾਲ ਵੀ ਉਹਨਾਂ ਨੂੰ ਇੱਕ ਤਰ੍ਹਾਂ ਜੀਵਨ ਸਮਰਪਿਤ ਕੀਤਾ ਹੋਇਆ। ਜਿਹੜੀ ਸਾਰੀ ਗੱਲਬਾਤ ਉਹਦੇ ਵਿੱਚ ਗੁਰਸਿੱਖੀ ਦੀ, ਉਹ ਗੁਰਮਤਿ ਦੀ, ਉਹ ਗੱਲ ਗੁਰਮਤਿ ਉਹ ਸਿਧਾਂਤਾਂ ਦੀ ਗੱਲ ਜਿਹੜੀ ਕਿ ਜਿਹਦੇ ਵਿੱਚੋਂ ਗੁਰਬਾਣੀ ਦੀ ਗੱਲ ਨਿਕਲਦੀ ਹੈ, ਵੱਲੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਅਤੇ ਸਭ ਜਗ ਉਪਜਾ ਕੌਣ ਭਲੇ ਕੌਣ ਮੰਦੇ। ਜਦੋਂ ਮਹਾਂਪੁਰਖ ਦੀ ਨਿਗਾਹਾਂ ਦੇਖੀਏ ਤਾਂ ਉਹਨਾਂ ਲਈ ਬਿਲਕੁਲ ਉਹੀ ਜਾਨ ਹਾਥੀ ਵਿੱਚ ਹੈ, ਉਹੀ ਕੀੜੀ 'ਚ ਹੈ, ਉਹੀ ਇੱਕ ਮਨੁੱਖ ਦੇ ਵਿੱਚ, ਅਤੇ ਸਾਰਿਆਂ ਦੇ ਭਲਾ ਕਰਨ ਦੀ ਗੱਲ, ਜਦੋਂ ਮਸੀਤ ਉਸਾਰਨ ਦੀ ਗੱਲ ਕਰੀਏ, ਮੰਦਰ ਉਸਾਰਨ ਦੀ ਗੱਲ ਕਰੀਏ, ਕਿਸੇ ਤਰ੍ਹਾਂ ਦੀ, ਕਿਉਂਕਿ ਸਾਰੀ ਦੁਨੀਆਂ ਦੇਖ ਰਹੀ ਹੈ ਕਿਸ ਤਰ੍ਹਾਂ ਦੇ ਭੁਲੇਖੇ 'ਚ ਨੇ ਪੈਣਾ। ਗੁਰੂ ਸਾਹਿਬ ਆਪ ਵੀ ਆਪਣੇ ਸਮੇਂ 'ਚ ਪਿਰਤਾਂ ਪਾਈਆਂ ਸਨ, ਹਰਗੋਬਿੰਦਪੁਰਾ ਜਦੋਂ ਵਸਾਇਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਅਤੇ ਉੱਥੇ ਮੁਸਲਮਾਨ ਜਿਹੜੇ ਆਲੇ ਦੁਆਲੇ ਸਨ ਉਹਨਾਂ ਦੇ ਲਈ ਨਮਾਜ਼ ਪੜ੍ਹਨ ਦੇ ਲਈ ਮਸੀਤ ਬਣਾਈ, ਜਿਹੜੀ ਗੁਰੂ ਕੀ ਮਸੀਤ ਦੇ ਤੌਰ 'ਤੇ ਜਾਣੀ ਜਾਂਦੀ ਹੈ, ਜਿਹਨੂੰ ਸਾਂਭਿਆ ਗਿਆ ਨਿਹੰਗ ਸਿੰਘਾਂ ਨੇ 1947 ਤੋਂ ਬਾਅਦ ਜਿਹਨਾਂ ਦੀ ਸੇਵਾ ਸੰਭਾਲ ਕੀਤੀ, ਅਤੇ ਯੂਨੈਸਕੋ ਨੇ ਉਸ ਪੂਰੀ ਦੀ ਪੂਰੀ ਗੁਰੂ ਕੀ ਮਸੀਤ ਨੂੰ ਅੱਜ ਵੀ ਸੰਭਾਲਿਆ ਹੋਇਆ ਹੈ ਕਿ ਦੁਨੀਆਂ ਦੇ ਵਿੱਚ ਇਹੋ ਜਿਹਾ ਵੀ ਧਰਮ ਹੈ, ਕੋਈ ਇਹੋ ਜਿਹੇ ਵੀ ਮਤ ਹੈ ਜਿਹੜੀ ਕਿ ਦੂਜੇ ਧਰਮ ਦੇ ਅਸਥਾਨਾਂ ਨੂੰ ਬਣਾਉਂਦੀ ਵੀ ਹੈ, ਉਹਨਾਂ ਦੀ ਸਾਂਭ ਸੰਭਾਲ ਵੀ ਕਰਦੀ ਹੈ। ਸੋ ਯੂਨੈਸਕੋ ਨੇ ਦੁਨੀਆਂ ਨੂੰ ਦਿਖਾਉਣ ਦੇ ਲਈ ਕਿ ਧਰਮਾਂ ਦੇ ਮਲਟੀਫੇਥ ਦੀ ਗੱਲ ਕਿਵੇਂ ਚੱਲਦੀ ਹੈ, ਮਲਟੀਕਲਚਰ ਦੀ ਗੱਲ ਕਿਵੇਂ ਚੱਲਦੀ ਹੈ, ਗੁਰੂ ਨਾਨਕ ਦੇ ਘਰ 'ਚ ਇਹ ਗੱਲ ਕਿਵੇਂ ਚੱਲੀ ਸੀ, ਜਿੱਥੋਂ ਮੁੱਢ ਬੰਨਿਆ ਗਿਆ ਸੀ, ਗੁਰੂ ਕੀ ਮਸੀਤ ਸਾਂਭੀ ਹੈ ਗੁਰੂ ਹਰਗੋਬਿੰਦਪੁਰੇ ਦੇ ਵਿੱਚ, ਔਰ ਬਿਲਕੁਲ ਅੱਜ ਦੇ ਸਮੇਂ ਦੀ ਗੱਲ ਵੀ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੇ ਸਾਥੀ ਸਨ, ਬਾਬਾ ਠਾਰਾ ਸਿੰਘ ਜੀ ਗੁਰਦਾਸਪੁਰ ਜੇਲ੍ਹ 'ਚ ਰਹਿੰਦੇ, ਉਹਨਾਂ ਨੇ ਜਿੱਥੇ ਗੁਰਦੁਆਰੇ ਦੀ ਸੇਵਾ ਕਰਵਾਈ ਉੱਥੇ ਨਾਲ ਨਾਲ ਮੰਦਰ ਦੀ ਵੀ ਸੇਵਾ ਕਰਵਾਈ ਸੀ। ਸੋ ਸਾਡੇ ਕੋਲ ਬਹੁਤ ਸਾਰੀਆਂ ਉਦਾਹਰਨਾਂ ਨੇ ਮਹਾਂਪੁਰਖਾਂ ਦੀਆਂ, ਗੁਰੂ ਸਾਹਿਬ ਦੇ ਪਾਈਆਂ ਹੋਈਆਂ ਪਿਰਤਾਂ ਦੇ ਜਿਹੜੇ ਚੱਲਦੇ ਨੇ, ਇਹ ਵੀ ਗੁਰੂ ਸਾਹਿਬ ਦੀ ਪਾਈਆਂ ਹੋਈਆਂ ਸਾਂਝੀਵਾਲਤਾ ਦੀ ਪਿਰਤਾ ਦੀ ਗੱਲ ਹੈ। ਸੋ ਆਪਾਂ ਆਪਣੇ ਹਿਰਦੇ ਅੰਦਰੋਂ ਵਿਸ਼ਾਲਤਾ ਲੈ ਕੇ ਆਉਣੀ ਹੈ, ਜਿਹੜੀ ਵਿਸ਼ਾਲਤਾ ਦੇ ਨਾਲ ਸਾਰੇ ਸੰਸਾਰ ਨੂੰ, ਸਾਰੇ ਬ੍ਰਹਿਮੰਡ ਨੂੰ, ਸਾਰੀ ਦੁਨੀਆ ਨੂੰ ਇੱਕ ਨਜ਼ਰ ਦੇ ਨਾਲ ਦੇਖਿਆ ਜਾ ਸਕੇ। ਭਾਈ ਸਾਹਿਬ ਜੀ ਤੁਹਾਡੇ ਹਜ਼ੂਰ ਬੇਨਤੀ, ਕਿਉਂਕਿ ਨਾਮ ਦੀ ਗੱਲ ਚੱਲੀ ਹੈ, ਸੰਤ ਬਾਬਾ ਕਰਮ ਸਿੰਘ ਨਾਮ ਦੀ ਗੱਲ ਕੀਤੀ ਹੈ, ਇੱਕ ਪੰਕਤੀ ਉਹਨਾਂ ਨੇ ਬੜੇ ਪਿਆਰ ਦੇ ਨਾਲ ਕਹੀ, ਸਤਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਿਖਾਣੀਏ, ਅਤੇ ਸਾਡਾ ਸੰਗਤ ਟੈਲੀਵਿਜ਼ਨ ਦਾ ਇੱਕ ਤਰ੍ਹਾਂ ਦਾ ਸਲੋਗਨ ਵੀ ਇਹ ਹੈ। ਇਹਨੂੰ ਜਿਹੜਾ ਕੋਈ ਬਹੁਤ ਆਮ ਲੋਕ ਸਮਝ ਸਕਣ, ਸਰਲਤਾ ਦੇ ਨਾਲ ਵਿਸਥਾਰ ਦੇ ਨਾਲ ਇਹਦੀ ਗੱਲ ਥੋੜ੍ਹੀ ਜਿਹੀ, ਤਾਂ ਕਿ ਸਾਡੇ ਲਈ ਇੱਕ ਤਰ੍ਹਾਂ ਦੀ ਇਹ ਰਹਿਨਮਾਈ ਹੋ ਸਕੇ। ਭਾਈ ਰਣਜੀਤ ਸਿੰਘ ਜੀ, ਅਸੀਂ ਕੋਈ ਵਿਦਵਾਨ ਨਹੀਂ, ਕੋਈ ਗਿਆਨੀ ਨਹੀਂ, ਗੁਰੂ ਘਰ ਦੇ ਚਾਕਰ ਹਾਂ। ਆਪ ਜੀ ਨੇ ਕਿਹਾ ਕਿ ਸਾਡੀ ਬਦੌਲਤ ਮਹਾਂਪੁਰਖ ਇੱਥੇ ਆਏ, ਇਹ ਨਹੀਂ ਹੋ ਸਕਦਾ, ਇਹਨਾਂ ਦੀ ਬਦੌਲਤ ਅਸੀਂ ਇੱਥੇ ਆਏ ਹਾਂ। ਧੰਨਵਾਦ। ਨਾਮ ਦੀ ਜਿਹੜੀ ਗੱਲ ਹੈ, ਕਿਉਂ ਬਾਣੀ ਅਗਾਧ ਬੋਧ ਹੈ, ਇਹ ਬਾਣੀ ਬਾਣੀ ਹੀ ਇਹਦਾ ਜਵਾਬ ਦੇ ਸਕਦੀ ਹੈ, ਕਿਉਂਕਿ ਇਹ ਵਡੂੱਚਾ ਹੋਏ ਕੋਏ ਅਤੇ ਸੁੱਚੇ ਕੋ ਜਾਣੇ ਸੋਏ। ਜੋ ਸਾਡੇ ਮਨ ਦੀ ਭਾਵਨਾ ਹੈ, ਜੋ ਸੰਕਲਪ ਉੱਠਦੇ ਹਨ, ਸਾਡੇ ਹਿਸਾਬ ਨਾਲ ਚੌਥਾ ਸ਼ਬਦ ਬਾਣੀ ਦਾ ਨਾਮ ਹੈ, ਇੱਕ ਓਂਕਾਰ ਸਤ ਨਾਮ। ਨਾਮ ਇੱਥੋਂ ਹੀ ਸ਼ੁਰੂ ਹੋ ਜਾਂਦਾ ਹੈ। ਜਪਜੀ ਸਾਹਿਬ ਦੇ ਵਿੱਚ ਜਿਹੜੀ ਪੰਕਤੀ ਆਉਂਦੀ ਹੈ, ਬਿਨ ਨਾਵੇਂ ਨਾਹੀਂ ਕੋ ਥਾਉ, ਸਾਡਾ ਕੋਈ ਟਿਕਾਣਾ ਨਹੀਂ ਜੇ ਸਾਡੇ ਕੋਲ ਨਾਮ ਨਾ ਹੋਵੇ। ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਸ਼ਬਦ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਭਲ ਕੇ ਉੱਠ ਹਰ ਨਾਮ ਤੇ ਆਏ। ਅਸੀਂ ਫਿਰ ਇਸ ਤਰ੍ਹਾਂ ਦੇਖਦੇ ਹਾਂ ਕਿ ਜਦੋਂ ਦਸਮ ਪਿਤਾ ਮਹਾਰਾਜ ਨੇ ਖਾਲਸਾ ਸਾਜਿਆ, ਬਹੁਤ ਸਾਰੀ ਇਹ ਗੱਲ ਲਿਖਤ ਵਿੱਚ ਨਹੀਂ ਹੈ ਕਿ ਉਸ ਵੇਲੇ ਕੀ ਵਾਪਰਿਆ, ਤੰਬੂ 'ਚ ਕੀ ਹੋਇਆ, ਬਾਹਰ ਕੀ ਹੋਇਆ, ਇਹਦੀ ਕਈ ਚਰਚਾ
ਕਰਦੇ ਹਨ। ਧਰਮ ਜਿਹੜਾ ਹੈ ਇਹ ਪ੍ਰਤੀਤ ਦਾ ਨਾਮ ਹੈ। ਪ੍ਰਤੀਤ, ਜੇ ਤੁਹਾਨੂੰ ਪ੍ਰਤੀਤ ਨਹੀਂ ਆਉਂਦੀ, ਤੁਹਾਡਾ ਨਿਸ਼ਚਾ ਨਹੀਂ ਬਣਦਾ ਕਿਸੇ ਜਗ੍ਹਾ 'ਤੇ, ਕਿਸੇ ਚੀਜ਼ ਦੇ ਉੱਤੇ, ਕਿਸੇ ਵਾਕਿਆ ਦੇ ਉੱਤੇ, ਫਿਰ ਤੁਸੀਂ ਪੌੜੀ ਨਹੀਂ ਚੜ੍ਹ ਸਕਦੇ। ਨਿਸ਼ਚਾ ਆਉਣਾ ਬੜਾ ਜ਼ਰੂਰੀ ਹੈ। ਸਤਿਗੁਰ ਮੇਰਾ ਮਾਰ ਜਵਾਲੇ, ਸਮਰੱਥ ਗੁਰੂ ਦੇ ਕੋਲ ਤਾਕਤ ਹੈ। ਜੋ ਵੀ ਵਾਪਰਿਆ ਫਿਰ ਸਾਡੇ ਕੋਲ ਸੀਨਾ ਬਸੀਨਾ ਪੰਜਾਂ ਪਿਆਰਿਆਂ ਨੇ ਸਾਨੂੰ ਦਰਸਾਇਆ ਕਿ ਕੀ ਵਾਪਰਿਆ। ਜਦੋਂ ਅੰਮ੍ਰਿਤ ਸੰਚਾਰ ਹੁੰਦਾ ਹੈ, ਪੰਜ ਪਿਆਰੇ ਫਿਰ ਮਹਾਰਾਜ ਦੀ ਹਜ਼ੂਰੀ 'ਚ, ਪਾਤਸ਼ਾਹ ਦੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਇਹ ਬਖਸ਼ਿਸ਼ ਕਰਦੇ ਨੇ ਕਿ ਆਓ ਤੁਹਾਨੂੰ ਨਾਮ ਦੀ ਬਖਸ਼ਿਸ਼ ਕਰੀਏ। ਅਤੇ ਦੋ ਮੰਤਰ, ਪਹਿਲੀ ਪੌੜੀ ਦਾ ਪਾਠ, ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ। ਵਿਦਵਾਨ ਕਹਿਣਗੇ ਕਿ ਇਹ ਮੂਲ ਮੰਤਰ ਹੈ। ਮਹਾਂਪੁਰਖ ਦੱਸਦੇ ਹਨ, ਨਾਨਕ ਹੋਸੀ ਵੀ ਸੱਚ ਤੱਕ ਮਹਾਂਮੰਤਰ ਹੈ। ਸੋ ਲੇਕਿਨ ਇੱਕ ਮੰਤਰ ਹੋਇਆ ਇਹ ਪਹਿਲੀ ਪੌੜੀ ਦਾ ਪਾਠ। ਜਿਹੜਾ ਦੂਸਰਾ ਮੰਤਰ ਹੈ ਉਹ ਵਾਹਿਗੁਰੂ ਸ਼ਬਦ ਹੈ। ਇਹ ਪੰਜ ਪਿਆਰੇ ਸਾਨੂੰ ਦਿੰਦੇ ਹਨ ਜਦੋਂ ਆਪਾਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅੰਮ੍ਰਿਤ ਛਕਦੇ ਹਾਂ। ਅਤੇ ਇਹਨਾਂ ਨੂੰ ਕਿਹਾ ਜਾਂਦਾ ਹੈ ਨਾਮ ਹੈ। ਇਹ ਨਾਮ ਸੋ ਐਡਾ ਸੌਖਾ ਵੀ ਹੈ ਕਿ ਦੋ ਮੰਤਰਾਂ ਨੂੰ ਨਾਮ ਕਿਹਾ ਜਾਂਦਾ ਹੈ। ਲੇਕਿਨ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਪਾਤਸ਼ਾਹ ਸਮਝ ਪਾਉਂਦੇ ਹਨ, ਜਦੋਂ ਅਸਜ ਦੀ ਵਾਰ ਆਰੰਭ ਹੁੰਦੀ ਹੈ, ਪਾਤਸ਼ਾਹ ਇਹ ਦਰਸਾਉਂਦੇ ਹਨ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਮ। ਨਾਮ ਦੂਈ ਕੁਦਰਤ ਸਾਜੇ ਕਰ ਆਸਣ ਡਿਠੋ ਚਾਓ। ਜਿਹੜਾ ਨਾਮ ਹੈ ਇਹਨੂੰ ਮਹਾਰਾਜ ਨੇ ਦੂਜਾ ਨੰਬਰ ਨਹੀਂ ਦਿੱਤਾ ਹੈ। ਨਾਮ ਰਚਣ ਵਾਲਾ ਨਾਮੀ ਹੈ ਅਤੇ ਉਹਨੇ ਨਾਮ ਬਣਾਇਆ ਹੈ। ਇਹ ਨਾਮ ਇਹ ਸਮਝੋ ਕਿ ਰਾਬੀ ਹੈ, ਕਿਉਂਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀਏ ਕਰ ਆਸਣ ਡਿੱਠੋ ਚਾਓ। ਦੂਜੇ ਨੰਬਰ 'ਤੇ ਜਾ ਕੇ ਕੁਦਰਤ ਹੈ। ਕਿਉਂ? ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਮਾਲਕ ਸਰਬ ਵਿਆਪਕ ਹਰ ਥਾਂ 'ਤੇ ਹੈ। ਜਿਹੜਾ ਨਾਮ ਹੈ ਇਹ ਵੀ ਸਰਬ ਵਿਆਪਕ ਹਰ ਥਾਂ 'ਤੇ ਹੈ। ਜਦੋਂ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ, ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਇਹ ਨਾਮ 'ਤੇ ਸਾਰਾ ਕੁਛ ਖੜ੍ਹਾ ਹੈ। ਜਪਜੀ ਸਾਹਿਬ 'ਚ ਆਪਾਂ ਦੇਖਦੇ ਹਾਂ ਕਿ ਜਿਹੜੀ ਫਾਊਂਡੇਸ਼ਨ ਹੈ ਧਰਮ ਦੀ, ਦਇਆ ਹੈ। ਤੌਲ ਧਰਮ ਦਇਆ ਕਾ ਪੂਤ, ਜੇ ਦਇਆ ਨਹੀਂ ਹੈ ਤਾਂ ਧਰਮ ਨਹੀਂ ਹੈ। ਇਸੇ ਤਰ੍ਹਾਂ ਜਿਹੜਾ ਨਾਮ ਹੈ ਇਹ ਜਦੋਂ ਜਪਦੇ ਹਾਂ ਆਪਾਂ, ਇਹਦਾ ਬਹੁਤ ਫਾਇਦਾ ਹੈ, ਐਡਾ ਲਾਭ ਹੈ ਦਰਸਾਇਆ ਨਹੀਂ ਜਾ ਸਕਦਾ। ਲੇਕਿਨ ਸ਼ਬਦ ਰਾਹੀਂ ਆਪਾਂ ਨੂੰ ਪਤਾ ਲੱਗਦਾ ਹੈ। ਮਹਾਰਾਜ ਕਹਿੰਦੇ ਹਨ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਏ ਉਹ ਧੋਏ। ਜੇ ਸਾਡੇ ਕੱਪੜੇ ਮੈਲੇ ਹੋ ਜਾਂਦੇ ਹਨ, ਪਿਸ਼ਾਬ ਨਾਲ ਸਾਬਣ ਨਾਲ ਧੋ ਸਕਦੇ ਹਾਂ। ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾਵੇਂ ਕੇ ਰੰਗ। ਜੇ ਸਾਡੀ ਮਤ ਮੈਲੀ ਹੋ ਜਾਵੇ ਜਨਮਾਂ ਜਨਮਾਂ ਦੇ ਪਾਪਾਂ ਨਾਲ, ਕੁਕਰਮਾਂ ਨਾਲ ਸਾਡੀ ਮਤ ਗੰਦੀ ਹੋ ਜਾਂਦੀ ਹੈ, ਅਤੇ ਫਿਰ ਇਹ ਜਿਹੜਾ ਨਾਮ ਹੈ ਜਦੋਂ ਆਪਾਂ ਜਪਦੇ ਹਾਂ, ਇਹਦੇ ਨਾਲ ਸਾਡੀ ਮਤ ਜਿਹੜੀ ਹੈ ਸਾਫ਼ ਹੁੰਦੀ ਹੈ। ਪਾਤਸ਼ਾਹ ਦੱਸਦੇ ਹਨ, ਕਿਉਂਕਿ ਗੁਰੂ ਮਹਾਰਾਜ ਤੋਂ ਵੱਡੀ ਗੱਲ ਹੈ ਨਹੀਂ,
कोई सानू आपां नूं उपदेश दे सके। गुर परमेशर एको जान, सिख नूं इस गल दी समझ होनी चाहीदी है, गुरु ते परमेशर च फर्क नहीं। पातशाह सुखमनी साहब जब दर्शाते हैं सत पुरख जिन जानिया सतगुर तिसका नाम, सत पुरख इको एक मालक है, रब है। बड़े बड़े नावों के नाल उन्हें पुकारिया जाता है। जाप साहब के 1100 एडजेक्टिव ने लाए जाते रब के नाल, एक है, अनेक है, फिर एक है, इस तरह चली जाता है काम। उन्हूं समझना आपां इंसान कलयुगी जीव नहीं समझ सकते, कॉम्प्रीहेंड नहीं कर सकते कि सर्वव्यापक एक ताकत सारिया विच सब में जोत जोत है, सोए तिस दे चानन सब में चानन होए, ते फिर तुम सब ही ते रहत निरालम, सारिया विच भी होवे ते कला एक भी पासे बैठा होवे, ऐसा मालक है। सो गुरु की गल जड़ी है, गुरु नानक देव जी पातशाह आसज की वार शुरू ही गुरु तो करते हैं, बलहारी गुरे अपने दियो हाड़ी सदवार, क्यों जिन मानस ते देवते किए करत ना लागी वाह। मानसां तो देवते बना देने ये गुरु का कार्य है, ते इन्हों इंडोरस करते हैं गुरु अंगद देव जी महला दूजा, जे सौ चंदा उगवे सूरज चढ़े हजार, इत्थे चानण हुंदिया गुर बिन कोर अंधार, गुरु बिन समझ ना आवे। आपां कभी क्वेश्चन करते रहने गुर परमेश्वर एक हो जान, ये बहुत समझण वाली गल है। गुरु जो कहिंदा है गुरु मालक दे पेता नूं जाणदा है, इसे करके शब्द है जैसा सतगुरु सुनीदा तैसो ही मैं डीठ, की करता है विछड़िया मेले प्रभु हर दरगह का बैसीट। असी विछड़े हाँ मालक तो, वो साढ़े विछड़िया मिलाउंदा है। विछड़िया मेले प्रभु हर दरगह का बैसीट, हुण देखो फिर नाम की गल आई, हर नामो मंत्र दड़ाएं दा की होएगा कट्टे होमे रोग। ये साड़ी जड़ी होमे है ये जड़ी सानू छड़दी नहीं, होमे दीर्घ रोग है दारू भी इस माहे, किरपा करे जे अपनी तां गुर का शब्द कमाए। सो गुरु जड़ा है जैसा सतगुरु सुनीदा तैसो ही मैं डीठ, विछड़िया मेले प्रभु हर दरगे का बैसीठ, हर नामो मंत्र दड़ाएंदा कट्टे होमे रोग, सतगुरु नानक तिना मिलाया जिना तुरे पया संजोग। इत्थे फिर नाम दी गल आ गई, ये नाम तो बगैर फिर उही गल, गुर सतगुर का जो सिख अखाए पल के उठ हर नाम ते आए। ये नाम छोटा जा भी एक दो मंत्र दा भी नाम है, लेकिन सारी बाणी नाम दी व्याख्या है, नाम ही नाम है। ये गुप्त भी गल है, गुरु का उपदेश भी नाम है। सो साढ़े विचार हैं, असी की जानने हाँ। धन्यवाद बाबा जी, तुहाडा बहुत बहुत है। आम तौर पर संगतां वल्लों सवाल किया जाता बाबा करम सिंह जी के मन का टका किवें होवे, कोई जुगती मन का टका दी सौखी जुगती, कोई संगतां सारियां दा भला। ए मन शक्ति ए मन सियो, गौड़ी बाबा नखरी च कबीर साहब जी, ये मन पंच तत् को जियो जी। आप जी का सवाल है मन की नहीं, मन का टका किवें होवे, मन टके किवें, ये मन शक्ति ये मन सियो, ये मन पंच तत् को जियो, ये मन ले जो उन्मन रहे तो तीन लोग की बातें कहे। पानी दे विच जेड़ा रंग पा दिए पानी ओही रंग अख्तियार कर जाता, ये मन जैसा सेवे 755 पन्ने ते, ये मन जैसा सेवे तैसा होवे, ते हे कर्म कमाए आप भी आपे ही खावना कहना कछ। हुण उत्थे ये मन कबीर साहब जी फरमाउंदे मन शक्ति, शक्ति माया नूं कहिंदे। हुण जदों पाणी चो रंग पाता
ਉਹ ਤਿਆਰ ਕਰ ਗਿਆ ਮਾਇਆ ਵਾਲਾ। ਮਾਇਆ ਕਿਹਨੂੰ ਕਹਿੰਦੇ ਆ? ਰੱਬ ਤੋਂ ਭੁੱਲਣ, ਨੋਟਾਂ ਵੱਲੋਂ ਮਾਇਆ ਨਹੀਂ, ਰੱਬ ਤੋਂ ਭੁੱਲਣ ਦਾ ਨਾਮ ਹੈ। ਸੋ ਉਹ ਮਨ ਉੱਧਰ ਲਾ ਲਿਆ, ਸ਼ਕਤੀ ਮਗਰ ਉੱਧਰ ਹੀ ਲੱਗ ਤੁਰਿਆ, ਲਾਇਆ ਹੋਇਆ ਦੁਨੀਆਂ ਨੂੰ। ਇਹ ਮਨ ਸ਼ਕਤੀ, ਇਹ ਮਨ ਸੀ ਓ, ਸੀ ਓ ਕਹਿੰਦੇ ਵਾਹਿਗੁਰੂ ਨੂੰ। ਜਿਹਨੇ ਵਾਹਿਗੁਰੂ ਨਾਲ ਜੋੜ ਲਿਆ ਉਹ ਹਜਾ ਹੋ ਗਿਆ। ਬਸ ਇਹ ਤਾਂ ਪਾਣੀ ਦਾ ਰੰਗ ਆ, ਜਿੱਧਰ ਪਾ ਦਿਓ ਉਹ ਹਜਾ ਹੋ ਜਾਂਦਾ। ਇਹ ਮਨ ਪੰਜ ਤੱਤ ਕੋ, ਜਦੋਂ ਆਪਾਂ ਦੁਨੀਆਂ ਨਾਲ ਪੰਜਾਂ ਤੱਤਾਂ ਦਾ ਜੀਵ ਬਣ ਜਾਂਦਾ। ਇਹ ਮਨ ਲੈ ਜੋ ਉਨ ਮਨ ਰਹੇ, ਇਹ ਮਨ ਨੂੰ ਖਤਮ ਕਰ ਦੇਵੇ। ਉਨ ਮਨ ਵਾਹਿਗੁਰੂ ਦੇ ਹੁਕਮ ਦੇ ਜੋ ਵਾਹਿਗੁਰੂ ਤਾਂ ਤੀਨ ਲੋਕ ਹੀ ਬਾਤੇ ਕਹੇ, ਫਿਰ ਉਹ ਤਰਕਾਲਦਰਸ਼ੀ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਆ ਉਹਨੂੰ। ਇਹ ਮਨ ਨੂੰ ਟਿਕਾਉਣ ਦਾ ਤਾਂ ਬੋਲਿਆ ਇਹ ਉਹਨਾਂ ਨੇ ਬੜੀ ਸੋਹਣੀ ਮਿਸਾਲ ਦਿੱਤੀ ਅਨੈਤ ਖਾਨ ਨੇ। ਬੋਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੱਟਣਾ ਇੱਧਰ ਲਾਉਣਾ। ਸੋ ਇਸ ਕਰਕੇ ਇਹਨੂੰ ਮਨ ਨੂੰ ਕਬੀਰ ਮਨ ਸਮਝਾਉਣੇ ਕਾਰਨ ਹੀ ਕੁਛ ਕੁ ਪੜ੍ਹੀਏ ਗਿਆਨ। ਇਹ ਮਨ ਸਮਝਾਉਣ ਲਈ ਸਾਨੂੰ ਕਬੀਰ ਜਹਾਂ ਗਿਆਨ ਤੇ ਧਰਮ ਹੈ, ਜਹਾਂ ਝੂਠ ਤੇ ਪਾਪ, ਜਹਾਂ ਲੋਭ ਤੇ ਕਾਲ ਹੈ, ਜਹਾਂ ਖਿਮਤ ਹੈ ਅਬ, ਅਤੇ ਇਹਨੂੰ ਕੁਛੋ ਗਿਆਨ। ਗਿਆਨ ਉਹ ਫਿਰ ਕਿੱਥੋਂ ਮਿਲਦਾ? ਬਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਸਾਡੇ ਬਾਬਿਆਂ ਦੀਆਂ, ਗੁਰੂ ਨਾਨਕ ਸਾਹਿਬ ਗੁਰੂਆਂ ਦੀਆਂ ਕਹਾਣੀ ਇਤਿਹਾਸ, ਉੱਥੋਂ ਫਿਰ ਟਿਕਦਿਆਂ ਟਿਕਦਿਆਂ ਮਨ ਟਿਕ ਜਾਂਦਾ ਗੁਰੂ ਵਾਲੇ ਪਾਸੇ ਲੱਗ ਕੇ। ਜਿਹੀ ਜਿਹੀ ਕਥਾ ਛੇਲੀਏ ਮਨ ਉਹਾ ਜਿਹਾ ਹੋ ਜਾਂਦਾ। ਇਸ ਕਰਕੇ ਮਨ ਨੂੰ ਆਪਾਂ ਸਤਸੰਗਤ ਦੇ ਵਿੱਚ ਲਾਉਣਾ, ਇਹ ਸਤਸੰਗਤ ਦੇ ਵਿੱਚ ਗਿਆ ਫਿਰ ਉਹਾ ਜਿਹਾ ਰੰਗ ਚੜ੍ਹਨਾ ਸ਼ੁਰੂ ਹੋ ਜਾਂਦਾ। ਉਹ ਜਿਹੜਾ ਰੰਗ ਬੈਡ ਇੰਪਰੈਸ਼ਨ ਉਹ ਖਤਮ ਹੋਣਾ ਸ਼ੁਰੂ ਹੋ ਜਾਂਦਾ, ਚੰਗਾ ਰੰਗ ਗੁਰਮੁਖ ਵਾਲਾ ਰੰਗ ਚੜ੍ਹਨਾ ਸ਼ੁਰੂ ਹੋ ਜਾਂਦਾ। ਇਹ ਵਾਹਿਗੁਰੂ ਸਿੰਘ ਜੀ ਜਿਹੜਾ ਇੱਕ ਪੜਾਅ ਦਾ ਪੂਰਾ ਹੋ ਚੁੱਕਾ ਵਾ ਤੇ ਦੂਜਾ ਪੜਾਅ ਪਹਿਲਾਂ ਬੰਨਿਆ, ਡਬਲ ਸਟੋਰੀ ਹੈ। ਮਤਲਬ ਉਹਦੇ ਵਿੱਚ ਸਮਝ ਲਓ ਵੀ ਹਜ਼ਾਰਾਂ ਦੀ ਤਾਦਾਦ ਸੰਗਤ ਬਹਿ ਸਕਦੀ ਹੈ, ਕਿਉਂਕਿ ਉੱਥੇ ਦੇ ਕਾਰ ਪਾਰਕਿੰਗ ਬਣਨੀ ਆ, ਉਹਦੇ ਉੱਤੇ ਦੀਵਾਨ ਹਾਲ ਬਣਨਾ, ਕਿਉਂਕਿ ਇਹ ਵੱਡੇ ਸਮਾਗਮ ਦੀ ਲੋੜ ਪੈਣੀ ਹੈ। ਇਸੇ ਤਰ੍ਹਾਂ ਬਾਬਾ ਜੀ ਹੁਣ ਗੁਰੂ ਗ੍ਰੰਥ ਸਾਹਿਬ ਭਵਨ ਅੰਮ੍ਰਿਤਸਰ ਬਣਾ ਰਹੇ ਨੇ, ਨਾਲ ਉਹਦੇ ਨਾਲ ਹੀ ਰਾਮਸਰ ਰੋਡ ਜਿਹੜੀ ਸੜਕ ਜਾਂਦੀ ਹੈ ਉੱਥੇ ਤ੍ਰੈ ਸ਼ਾਹ ਦੀ ਕਾਲਜ ਬਣਾ ਰਹੇ ਨੇ, ਜਿਹੜਾ ਕਿ ਤਕਰੀਬਨ 5 ਮੰਜ਼ਿਲਾ ਬਣ ਰਿਹਾ ਵਾ। ਉਹਦੇ 'ਚ ਕੁਛ ਕਮਰੇ ਅਤੇ ਕੁਛ ਹਾਲ ਤਿਆਰ ਹੋ ਗਏ ਹਨ ਤਿੰਨ। ਉਹ ਫਿਰ ਬੱਚਿਆਂ ਦੀਆਂ ਹੁਣ ਕਲਾਸਾਂ ਨਵੀਆਂ ਸ਼ੁਰੂ ਹੋਣੀਆਂ ਨੇ, ਉਹਨਾਂ ਨੇ ਬਾਬਾ ਜੀ ਕੋਲੋਂ ਮੰਗ ਕੀਤੀ ਅਤੇ ਬਾਬਾ ਜੀ ਨੇ ਉਹ ਜਿਹੜਾ ਸੀ ਨਾ ਉਹਨਾਂ ਨੂੰ ਹੈਂਡਓਵਰ ਕਰ ਦਿੱਤਾ, ਜਿੰਨਾ ਤਿਆਰ ਹੋ ਗਿਆ, ਬਾਕੀ ਅੱਗੋਂ ਤਿਆਰ ਹੋਣਾ ਹਲੇ। ਉਸ ਤੋਂ ਬਾਅਦ ਅਨੰਦਪੁਰ ਸਾਹਿਬ ਪਰਿਵਾਰ ਵਿਛੋੜੇ ਲੰਗਰ ਹਾਲ ਬਣ ਰਿਹਾ, ਫਿਰ ਉਹਦੇ ਬਾਅਦ ਪਤਾਲਪੁਰੀ ਸਰੋਵਰ ਦੇ ਜਿਹੜਾ ਘਾਟ ਦੇ ਲੋਕ ਫੁੱਲ ਜਲ ਪ੍ਰਵਾਹ ਕਰਨ ਜਾਂਦੇ ਆ, ਉੱਥੇ ਬਾਬਾ ਜੀ ਨੇ ਬਹੁਤ ਵੱਡਾ ਇੱਕ ਸਲਾਮ ਬਣਾ ਦਿੱਤੀ ਹੈ। ਉਹਦੇ ਨਾਲ ਹੀ ਬਾਬਾ ਜੀ ਨੇ ਪੁੱਲ ਬਣਾਇਆ, ਬਹੁਤ ਅੱਛਾ। ਹੁਣ ਬਾਬਾ ਜੀ ਦਾ ਮਨ ਹੈ ਵੀ ਆਲੇ ਦੁਆਲੇ ਬੂਟੇ ਲਾ ਕੇ ਉਹਦੀ ਸਜਾਵਟ ਕਰਦੇ ਸਮੇਂ ਦੇ ਮੁਤਾਬਕ। ਫਿਰ ਬਾਬਾ ਗੁਰਤਾ ਜੀ ਸਥਾਨ 'ਤੇ ਬਾਬਾ ਜੀ ਲੰਗਰ ਹਾਲ ਬਹੁਤ ਵੱਡਾ ਬਣਾ ਰਹੇ ਨੇ। ਇਸੇ ਤਰ੍ਹਾਂ ਹੋਰ ਵੀ ਜਿੰਨੇ ਪਰਿਵਾਰ ਸਾਹਿਬ ਭਾਵੇਂ ਬਣਾ ਕੇ ਗੁਰਦੁਆਰਾ ਬਾਬਾ ਜੀ ਸ਼੍ਰੋਮਣੀ ਕਮੇਟੀ ਨੂੰ ਦੇ ਦਿੱਤਾ ਹੈ, ਪਰ ਜੋ ਸੇਵਾ ਦਾ ਕੰਮ ਹੁੰਦਾ ਉਹ ਬਾਬਾ ਜੀ ਹਾਲੇ ਵੀ ਕਰਵਾਏ ਜਾ ਰਹੇ ਨੇ। ਇਸੇ ਤਰ੍ਹਾਂ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਦਾ ਸਤਿਕਾਰ ਕੀਤਾ ਗਿਆ, ਉੱਥੋਂ ਵੀ ਬਾਬਾ ਜੀ ਨੂੰ ਸੇਵਾ ਮਿਲੀ ਹੈ। ਉਹਦੀ ਵੀ ਸੇਵਾ ਜਿਹੜੀ ਹੈ ਬਾਬਾ ਜੀ ਨੇ ਆਰੰਭ ਕਰਾ ਦਿੱਤੀ ਹੈ। ਉੱਥੇ ਬਾਬੇ ਨੇ ਕੱਲ੍ਹ ਹੀ ਗੱਲ ਕਰ ਰਹੇ ਸਨ ਵੀ ਉੱਥੇ ਵੀ ਦੁਆ ਨਾਲ ਬਣਾ ਰਹੇ ਨੇ। ਇਸੇ ਤਰ੍ਹਾਂ ਭਾਈ ਨੰਦ ਲਾਲ ਜੀ ਦਾ ਸਕੂਲ ਹੈ, ਉਹ ਵੀ ਸ਼੍ਰੋਮਣੀ ਕਮੇਟੀ ਨੇ ਬਾਬੇ ਨੇ ਕਿਹਾ ਬਾਬਾ ਜੀ ਬਣਾ ਦਿਓ। ਇਸੇ ਤਰ੍ਹਾਂ ਬੰਗੀਆਂ ਦੇ ਕੋਲ ਬਾਬਾ ਬਿਹਾਰੀ ਜੀ ਦਾ ਗੁਰਦੁਆਰਾ ਹੈ, ਇਸੇ ਤਰ੍ਹਾਂ ਮੋਹਰਾਂ ਵਾਲੀ ਉੱਥੇ ਗੁਰਦੁਆਰਾ ਬਾਬਾ ਜੀ ਨੇ ਬਣਾਇਆ, ਮੋਹਰਾਂ ਦੇ ਪਿੰਡ ਦੇ ਵਿੱਚ ਭਾਈ ਭਗਤੂ ਜੀ ਦਾ ਬਣਾਇਆ। ਫਿਰ ਇਸੇ ਤਰ੍ਹਾਂ ਗੜ੍ਹ ਸ਼ੰਕਰ ਭਾਈ ਤਿਲਕੂ ਜੀ ਦਾ ਸਥਾਨ ਬਣਾਇਆ, ਬੜਾ ਸੁੰਦਰ ਸਥਾਨ ਬਣਾ ਦਿੱਤਾ। ਨਾਲ ਬਾਬਾ ਜੀ ਗੁਰਦੁਆਰਿਆਂ ਦੇ ਨਾਲ ਹੁਣ ਬਾਬਾ ਜੀ ਦਾ ਅਗਲਾ ਨਿਸ਼ਾਨਾ ਨਾ ਗੁਰਦੁਆਰੇ ਦੇ ਨਾਲ ਸਕੂਲ ਬਣਾ ਰਹੇ ਨੇ, ਸਕੂਲ ਵੀ ਬਣਾਏ ਜਾ ਰਹੇ। ਗੁਰੂ ਕਾ ਚੱਕ ਗੁਰੂ ਤੇਗ ਬਹਾਦਰ ਦਾ ਸਥਾਨ ਹੈ ਬੰਗੀਆਂ ਦੇ ਕੋਲ, ਉੱਥੇ ਬਾਬਾ ਜੀ ਨੇ ਗੁਰਦੁਆਰਾ ਬਣਾ ਦਿੱਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ, ਨਾਲ ਹੀ ਉਹਦੇ ਸਕੂਲ ਦੀ ਬਿਲਡਿੰਗ ਬਣਾ ਦਿੱਤੀ ਹੈ। ਉਹ ਆਪਣੇ ਬਹੁਤ ਲੋੜ ਹੈ, ਫਿਰ ਨਾਨਕ ਨਿਸ਼ਾਮ ਸ਼ੇਖ ਜਿੱਥੇ ਇੱਥੇ ਇੰਗਲੈਂਡ ਦੀ ਧਰਤੀ 'ਤੇ ਵੀ ਸਕੂਲਾਂ ਦੀ ਸੇਵਾ ਕੀਤੀ ਜਾ ਰਹੀ ਹੈ। ਭਾਈ ਸਾਹਿਬ ਜੀ ਖਾਸ ਤੌਰ 'ਤੇ ਜਿਹੜੀ ਗੱਲ ਮੈਂ ਕਿਹਾ ਕਾਰ ਸੇਵਾ ਵਾਲੇ ਮਹਾਂਪੁਰਸ਼ ਮੇਟੀ ਉਹਨਾਂ ਨਾਲ, ਗੁਰੂ ਨਾਨਕ ਨਿਸ਼ਕਾਮ ਸੇਵ ਜਥੇ ਨੇ ਬਹੁਤ ਸਾਰੀ ਕਾਰ ਸੇਵਾ ਕੀਤੀ ਆ ਪੰਜਾਬ ਦੀ ਧਰਤੀ 'ਤੇ ਜਾ ਕੇ, ਹਿੰਦੁਸਤਾਨ ਦੀ ਧਰਤੀ 'ਤੇ ਜਾ ਕੇ, ਇਤਿਹਾਸਿਕ ਸਥਾਨਾਂ ਦੀ, ਪਰ ਉਹਦਾ ਜ਼ਿਕਰ ਬਹੁਤ ਘੱਟ ਕੀਤਾ ਗਿਆ। ਕੁਛ ਦੱਸ ਸਕਦੇ ਹੋ ਕਿੰਨੀ ਕਿਹੜੇ ਕਿਹੜੇ ਸਥਾਨਾਂ ਦੀ ਸੇਵਾ ਕੀਤੀ ਹੈ, ਕਿਹਨਾਂ ਦੀ ਚੱਲ ਰਹੀ ਹੈ?
रणजीत सिंह जी जो सेवा की गुरु ने करा ली, ये कोई पब्लिसिटी करने वाली गल नहीं है। गुरु की सेवा, गुरु नू पता है जो जो किया है, तो खैर बहुत सारे नू इस गल का पता है। जो दरबार साहब जी की सोने की सेवा संपूर्ण हुई तो सानू कोई सज्जन कह लगे, श्रोमणी कमेटी के भाई साहब जी जिहड़ा अगले पास है, जिहड़ा जिहड़ा पत्रा है जिहदे ते महाराजा रणजीत सिंह दा जिक्र है, वो उस तरह ही रहना चाहिए है। असकी जी उस तरह ही रहना है, ये तुसीं मत सोचो कि कोई होर कोई इत्थे नाम लिखा जाएगा। क्यों साड़ी सेवा जिहड़ी सी इस तरह सी कि जो उत्थे पहला है वह हू बहू वह करना निष्कामता उहदे विच सी। रणजीत सिंह जी ये जड़ा सी उपरला गुंबज ये डिग पैना सी, असीं तुहानूं दस्सदे हां इस लोहे लगे सी, डेढ़ डेढ़ इंच दे सरिये थले ते उपर, और 11 इंच दा इत्थे एक मगोरा सी जिथे कुछ नुकसान होया होया सी, बहुत बहुत बुरा हाल सी। कुछ भाई साहब सानू पुछन लगे, महिंदर सिंह ये जड़ा गुंबज है उपर करन वाला, जे इहनू ढा के करिए जल्दी हो? भाई साहब जी बहुत जल्दी हो, लेकिन यह सानू पंथ ने माफ़ नहीं करना, महाराज ने तो आपनू सेवा दित्ती, आपां ये ना कर ये करना नहीं। कहिंदे ठीक है गल जो तुसी कही, ये जिस तरह भी है तुसी इहनू पक्का करो। फिर वह बड़े तरीके नाल उहनू पक्का किया गया है। तो लेकिन आपां किधरे भी कोई बोर्ड नहीं लाया सेवा का। हाँ जरूर संगत प्यार नाल अपना अपनी किरत कमाई उस सफल कराउंदी है, आपां लिखी जाने हाँ पाई जाने हाँ उहदा, लेकिन कोई एडवरटाइज नहीं करते। जिदा पूजे बाबा जी ने भी दस्या है, संत बाबा सेवा सिंह जी होरां ने, वो एक उर्दू विच कहिंदे हुंदे सी नेकी कर खूह में डाल, है दर्शाउण वाली गल कोई नहीं। सेवा वो जिहड़ी गुरु ने कबूल कर ली, सिख सेवा तो बहुत करता है, लेकिन सेवा वो है दरअसल जिहड़ी उत्थे प्रवान हो जाए। सा सेवा कीती सफल है जित सतगुरु का मन। सो इस तरह है सेवा जिहड़ी है, सब तो वड्डी सेवा गुरपीरां की चाकरी महाकरणी सुखसार, कृपा करे जे अपनी तो लाए हेत प्या। सो ये असी नहीं कह रहे, गुरु ग्रंथ साहब जी पातशाह कह रहे हैं, गुरु महाराज की सेवा करनी ये करनी भी बहुत है, इतना रोड़े भी वजदे ने सब कुछ, लेकिन सिख तुरिया जाता है। क्यों? उन्हों घाटा कोई नहीं। जां का मीत साजन है समिया, तिस जन को कहो का की करो, ये लोड़ नहीं, पूरा सारा कुछ पूरा हो जाता है। जदों मनुख अकाल पुरख नाल जुड़ता तो काल तो मुक्त हो जाता, तो जो नाम जपन वाले महापुरुषों के कोल बैठी फिर समय का ख्याल नहीं रहिंदा, पर समा भजा जा रहा है फिर भी, क्योंकि ये लाहा लैन वाली गल हुंदी, तो लाहा लैन वाली गल आप समा भुल वधना है। संत बाबा लाभ सिंह जी, कोई उपदेश की गल, कोई यहोजी गल जिहड़ी संगतां दे भले दी होवे, संगतां नूं दसनी चाहुंदे हो, मैं तुहाडे तों पुछ ना सकिया हां, कोई गल इहो जी कोई उपदेश दी गल जरूर साझी कर जी, अपने जीवन दी कोई याद वी बेशक। थोनू देखो गल भी जिहड़ी तां पहले वी गल कीती है, पिछे तुसीं हुणे गल की थी भी नाम की है, नाम केंद्र हुंदा है। साडी समझ जिहड़ी गल आई है गुरु दस्सी हुई, वो भी सेवा भी नाम ही आते, नाम सेवा आ दो को रूप में, वो चल भी नाम की आ कि मैं दृढ़ हों, सेवा करी जो नाम दृढ़ भी होंगे वो नाम आ जाता, सेवा में नाम आ जाता, कह की लड़ नहीं कि कितों दृढ़ रहा कौन करूँ। वो पहला रूप जो गुरु कलगीधर महाराज ने बनाया भी गंबड़ा वरियाम अकेला वाह वाह गुरु गोबिंद सिंह आपे गुरचेला, आपे गुड़चेले में हो गई छीबे नाई जट त्यूर
ਸਾਰੇ ਖਿਆਲ ਨੂੰ ਇਕੱਠੇ ਕਰ ਦਿੱਤਾ, ਸਾਰਿਆਂ ਨੂੰ ਇਕੱਠੇ ਕਰ ਦਿੱਤਾ ਵਿਚਕਾਰ ਨਹੀਂ ਰੱਖਿਆ। ਅਤੇ ਉਹਨਾਂ ਨੂੰ ਕਿਹਾ ਵੀ ਉਹਨਾਂ ਨੂੰ ਪਹਿਲਾਂ ਆਪ ਅੰਮ੍ਰਿਤ ਛਕਾਇਆ, ਬਾਣੀ ਪੜ੍ਹੀ ਹੈ, ਜੋ ਦੱਸੀ ਹੋਈ ਬਾਣੀ, ਬਾਣੀ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ। ਉਸਦੇ ਅੰਮ੍ਰਿਤ ਨੂੰ ਕਿਹਾ ਵੀ ਮੈਨੂੰ ਵੀ ਛਕਾ ਦਿਓ, ਆਪੇ ਗੁਰ ਚੇਲਾ ਹੋ ਗਏ, ਕਿਤੋਂ ਨਾਂ ਲੈਣ ਨਹੀਂ ਗਏ। ਬਾਣੀ ਨਾਮ ਹੈ, ਬਾਣੀ ਹੀ ਨਾਮ ਹੈ। ਇੱਕ ਅਵਸਥਾ ਜਿੱਥੇ ਜਾ ਕੇ ਸੇਵਾ ਅਤੇ ਸਿਮਰਨ ਇਕੱਠੇ ਹੋ ਜਾਂਦੇ ਨੇ, ਇੱਕ ਸੁਰ ਹੋ ਜਾਂਦੇ ਨੇ, ਉੱਥੇ ਸੇਵਾ ਹੀ ਸਿਮਰਨ ਬਣ ਜਾਂਦੀ ਹੈ, ਸਿਮਰਨ ਹੀ ਸੇਵਾ ਬਣ ਜਾਂਦਾ ਹੈ। ਔਰ ਸਤਿਗੁਰ ਨੇ ਵੀ ਸਭ ਤੋਂ ਵੱਡੀ ਸੇਵਾ ਦੀ ਗੱਲ ਜਦੋਂ ਗੱਲ ਕੀਤੀ, ਉਹ ਸਿਮਰਨ ਦੀ ਗੱਲ ਕੀਤੀ ਹੈ। ਸੋ ਸਤਿ ਬਾਬਾ ਕਰਮ ਸਿੰਘ ਜੀ ਸੇਵਾ ਕਰਦਾ, ਉਹ ਆਪੇ ਨਾਮ ਨਾਮ ਉਹਨੂੰ ਕਹਿੰਦਾ ਨਹੀਂ ਕੋਈ ਵੀ, ਸੇਵਾ ਜਿਹੜੀ ਉਹ ਨਾਮ ਦਾ ਰੂਪ ਵੀ ਆ, ਸੇਵਾ ਨਾਮ ਦਾ ਹੀ ਰੂਪ ਹੈ। ਸੰਤ ਬਾਬਾ ਕਰਮ ਸਿੰਘ ਜੀ, ਕੋਈ ਖਾਸ ਉਪਦੇਸ਼, ਕੋਈ ਜ਼ਿੰਦਗੀ ਦੀ ਕੋਈ ਯਾਦ, ਕੋਈ ਗੱਲ ਤਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ, ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਉਪਦੇਸ਼ ਤੁਹਾਨੂੰ ਮਿਲਿਆ ਮਹਾਂਪੁਰਸ਼ਾਂ ਕੋਲੋਂ ਲੱਭਿਆ, ਹਾਂਜੀ, ਜੋ ਸਾਡੇ ਹਿਰਦੇ 'ਚ ਵਸਿਆ, ਸੋਧਤ ਸੋਧਤ ਸੋਧ ਹਰ ਤੱਤ ਵਿਚਾਰਾ, ਵਿਨ ਹਰ ਭਜਨ ਨਹੀਂ ਛੁਟਕਾਰਾ, ਸਿਮਰਤ ਵੇਦ ਪੁਰਾਣ ਪੁਕਾਰਨ, ਪੋਥੀਆਂ ਨਾਮ ਬਿਨਾਂ ਸਭ ਕੋੜ ਗੱਲ ਹੀ ਉੱਚੀ, ਸਾਰਾ ਹੀ ਜਨਮ ਬੇਅਰਥ ਆ ਬਿਨਾਂ ਹਰੀ ਦੇ ਸਿਮਰਨ ਤੋਂ, ਹਰੀ ਦੇ ਭਜਨ ਤੋਂ। ਸੋਧ ਸੋਧ ਕੇ ਗੁਰੂ ਮਹਾਰਾਜ ਜੀ ਕਹਿੰਦੇ ਸੀ, ਭਾਈ ਤੁਹਾਨੂੰ ਦੱਸਦਿਆਂ, ਤੱਤ ਵਿਚਾਰ ਜਿਹਨੂੰ ਬਰੇਕ ਬੁੱਧੀ ਦੀ ਵਿਚਾਰ ਕਹਿੰਦੇ ਆ, ਬਿਨਾਂ ਹਰੀ ਦੇ। ਅਸੀਂ ਇਹੀ ਕਹਾਂਗੇ ਸੰਗਤਾਂ ਨੂੰ, ਸਤਸੰਗਤ ਜੀ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਸਤਸੰਗਤ ਕਰਨੀ, ਅਤੇ ਸਭ ਤੋਂ ਉੱਚਾ ਨਾਮ ਵੱਡਾ ਸਾਹਿਬ, ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਂ, ਅਤੇ ਨਾਂ ਪਰਮੇਸ਼ਰ ਦਾ ਸਭ ਤੋਂ ਉੱਚਿਆ, ਉਹਨੂੰ ਜਪਿਆ ਕਰੋ, ਜੋ ਜੋ ਜਪੇ ਤਿਸ ਕੀ ਗੱਤ ਹੋਏ, ਜਿਹੜਾ ਜਿਹੜਾ ਜਪੂ ਭਾਈ ਉਹਦੀ ਗਤੀ ਹੋਵੇ। ਸੰਪੂਰਨਤਾ ਤੁਹਾਡੇ ਉੱਤੇ ਕਰੀਏ, ਕੋਈ ਖਾਸ ਗੱਲ, ਕੋਈ ਖਾਸ ਉਪਦੇਸ਼, ਸੰਗਤ ਟੀਵੀ 'ਤੇ ਪ੍ਰਚਾਰ ਕਿਵੇਂ ਹੋਵੇ, ਇਹ ਗੱਲ ਜਿਹੜੀ ਬਹੁਤ ਜ਼ਰੂਰੀ ਹੈ ਕਿ ਸਿੱਖੀ ਦਾ ਗੁਰਮਤ ਦਾ ਪ੍ਰਚਾਰ ਕਿਵੇਂ ਕੀਤਾ ਜਾ ਸਕੇ। ਕਿਸੇ ਜੋ ਇੱਕ ਸਾਨੂੰ ਮਹਿਸੂਸ ਹੁੰਦੀ ਹੈ ਗੱਲ, ਬਹੁਤ ਮਨ ਦੀ ਗੱਲ ਚੱਲੀ ਸੀ, ਮਨ ਕਿਸ ਤਰ੍ਹਾਂ ਟਿਕੇ, ਮਨ ਅਸਾਧ ਸਾਦੇ ਜਨ ਕੋਏ, ਮਨ ਨੂੰ ਸਾਧ ਲਿਆ ਅਤੇ ਸਾਧੂ ਬਣ ਜਾਂਦਾ ਆਦਮੀ। ਅਸੀਂ ਇਹ ਦੇਖਦੇ ਹਾਂ ਸਾਧੂ ਹੈ ਨੇ ਦੁਨੀਆ 'ਚ ਜੀ, ਬਹੁਤ ਸਾਰੀ ਤੁਹਾਡੀ ਜਿਹੜੀ ਭਾਲ ਹੈ, ਤੁਹਾਡੀ ਤੜਫਣੀ ਹੈ, ਇੱਕ ਸਾਧੂ ਦੂਰ ਕਰ ਦਿੰਦਾ। ਸਾਧੂ ਦੁਨੀਆ 'ਚ ਹੈ ਨੇ, ਜਿਹੜੀ ਸੇਵਾ ਹੈ, ਟਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾਲ, ਸਾਧੂ ਸੰਗਤ ਤੋਂ ਬਸੇ ਜਾਂ ਆਪਣ ਹੋਏ ਦਿਆ, ਸਾਧੂ ਦੀ ਭਾਲ ਕਰਨੀ ਚਾਹੀਦੀ ਹੈ। ਜੇ ਸਾਧੂ ਦੇ ਕਿਰੇ ਕੋਲ ਤੁਸੀਂ ਚਲੇ ਗਏ ਨਾ, ਬੜੀ ਜਲਦੀ ਤੁਹਾਡਾ ਕੰਮ ਹੋ ਜਾਣਾ, ਨਿਸਤਾਰਾ ਹੋ ਜਾਣਾ। ਲੋਕ ਸਾਧੂਆਂ ਨੂੰ ਮਖੌਲ ਕਰਦੇ ਜੀ, ਲੇਕਿਨ ਸਾਧੂ ਹੈ ਨੇ ਜਿਨ੍ਹਾਂ ਨੂੰ ਅਜੇ ਸਾਧੂ ਦਾ ਕਦੇ ਮੇਲ ਨਹੀਂ ਨਾ ਹੋਇਆ, ਉਹ ਫਿਰ ਉਹਨਾਂ ਨੂੰ ਪਤਾ ਨਹੀਂ ਇਸ ਗੱਲ ਦਾ, ਕਿਉਂਕਿ ਮਹਿਮਾ ਸਾਧੂ ਸੰਗ ਕੀ। ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭੈ ਚੀਤਾ, ਇਹ ਸਾਰੇ ਫਿਰ ਲੱਛਣ ਤੁਹਾਨੂੰ ਪਤਾ ਲੱਗਣਗੇ, ਨਿਸ਼ਾਨੀਆਂ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਇਹ ਪਿੰਗਲਾ ਵੀ ਚੜ੍ਹ ਜਾਊ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਪਹਾੜਾਂ ਦੇ ਉੱਪਰੋਂ ਦੀ ਲੰਘ ਜਾਊਗਾ, ਅਤੇ ਸ਼ੇਰ ਵਰਗਾ ਸਿੰਘ ਸਿੰਘ ਬੁਲਾਈ ਹੋਏ ਗਏ ਤ੍ਰਿਣ ਮੇਰ ਦਖੀਤਾ, ਪਹਾੜ ਜਿਹੜਾ ਇੱਕ ਤਿਣਕੇ ਵਰਗਾ ਦਿਸਦਾ। ਇਹ ਸਾਧੂ ਦੀਆਂ ਮਹਿਮਾ ਹੈ। ਅਸੀਂ ਜੀਵਨ ਦੇ ਵਿੱਚ ਬਹੁਤ ਘਾਲਣਾ ਘਾਲ ਕੇ, ਬਹੁਤ ਪੜ੍ਹਾਈ ਲਿਖਾਈ ਕਰਕੇ, ਸਾਈਕੋਲੋਜੀ ਪੜ੍ਹ, ਇਹ ਪੜ੍ਹ, ਉਹ ਪੜ੍ਹ, ਕਿਸੇ ਕੰਮ ਨਹੀਂ। ਅਸੀਂ ਤੁਹਾਨੂੰ ਇਹ ਬਚਨ ਕਹਿੰਦੇ ਹਾਂ, ਜਬ ਤੇ ਸਾਧੂ ਭੇਟੇ ਦਰਸ਼ਨ ਪਲੇ ਦੇ ਸਮੋਹਿਆ। ਇਹ ਸਾਨੂੰ ਸਾਡੇ ਜੀਵਨ ਦਾ ਐਕਸਪੀਰੀਅੰਸ ਹੈ। ਮਖੌਲ ਨਹੀਂ ਕੀਤਾ ਜਾਣਾ, ਪਖੰਡ ਵੀ ਬਹੁਤ ਹੈ, ਲੇਕਿਨ ਸਾਧੂ ਵੀ ਦੁਨੀਆਂ 'ਚ ਹੈ ਨੇ, ਸਾਧੂਆਂ ਦਾ ਸਤਿਕਾਰ ਕਰਨਾ ਚਾਹੀਦਾ।
ਭਾਈ ਸਾਹਿਬ ਜੀ ਨੇ ਜਿਹੜੀ ਗੱਲ ਕਹੀ ਉਹ ਤੱਤ ਗੁਰਮੁਖ ਦੀ ਗੱਲ, ਯੋਗੀਆਂ ਨੇ ਵੀ ਕਦੀ ਇਹ ਸਵਾਲ ਗੁਰੂ ਨਾਨਕ ਸਾਹਿਬ ਨੂੰ ਕੀਤਾ ਸੀ, ਸਿੱਧ ਕੋਈ ਸਤਿਗੁਰਾਂ ਦਾ ਜ਼ਿਕਰ ਕਰ ਦਿੱਤਾ। ਇਹ ਸਵਾਲ ਸੀ ਕਿ ਕਿਸ ਕਾਰਨ ਗ੍ਰਹਿ ਤਜਿਓ, ਕਿਸ ਕਾਰਨ ਭੇਖ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ ਅਤੇ ਉਦਾਸੀ ਕਿਉਂ? ਅਤੇ ਗੁਰੂ ਨਾਨਕ ਸਾਹਿਬ ਨੇ ਉਹਦੇ ਜਵਾਬ ਦੇ ਵਿੱਚ ਜਿਹੜੀ ਪੰਕਤੀ ਕਹੀ ਸੀ, ਗੁਰਮੁਖ ਖੋਜਿਤ ਭੈਉ ਉਦਾਸੀ, ਕਿ ਗੁਰਮੁਖਾਂ ਦੀ, ਸਾਧੂਆਂ ਦੀ, ਸਿਮਰਨ ਕਰਨ ਵਾਲਿਆਂ ਦੀ, ਮਹਾਂਪੁਰਖਾਂ ਦੀ ਖੋਜ ਦੇ ਵਿੱਚ ਉਦਾਸੀ ਹੋਏ। ਬਿਲਕੁਲ ਗੁਰੂ ਨਾਨਕ ਸਾਹਿਬ ਨੇ ਜਿਹੜੀ ਉਹ ਗੱਲ ਕਹੀ ਸੀ ਉਹੀ ਗੱਲ ਹੈ ਕਿ ਸਾਧੂਆਂ ਦੀ, ਗੁਰਮੁਖਾਂ ਦੀ ਖੋਜ ਕਰਨੀ ਚਾਹੀਦੀ, ਉਹਨਾਂ ਦੇ ਕੋਲ ਬੈਠਣਾ ਚਾਹੀਦਾ, ਉਹਨਾਂ ਦੇ ਕੋਲੋਂ ਕੁਛ ਨਾਮ ਦੀ ਸਿੱਖਿਆ ਲੈ ਕੇ ਗੱਲ। ਗੁਰੂ ਨਾਨਕ ਸਾਹਿਬ ਪਰਮਾਤਮਾ ਦਾ ਰੂਪ, ਰੱਬ ਦਾ ਰੂਪ, ਨਿਰੰਕਾਰ ਦਾ ਆਪ ਰੂਪ, ਸਾਰੇ ਨਾਮ ਦੇਣ ਵਾਲੇ, ਨਾਮ ਦੇ ਦਾਤੇ ਗੁਰੂ ਨਾਨਕ ਸਾਹਿਬ, ਪਰ ਸਾਡੇ ਲਈ ਸਤਿਗੁਰੂ ਨੇ ਪੂਰਨੇ ਪਾਉਣੇ ਸੀ। ਸੋ ਸਾਧੂਆਂ ਦੀ ਸੰਗਤ, ਗੁਰਮੁਖਾਂ ਦੀ ਸੰਗਤ, ਉਦਾਸੀਆਂ ਦੀ ਸੰਗਤ ਗੁਰੂ ਨਾਨਕ ਸਾਹਿਬ ਨੇ ਆਪ ਕੀਤੀ ਅਤੇ ਸਾਡੇ ਲਈ ਉਹ ਪੂਰਨੇ ਇਹ ਪਾਏ। ਇੱਕ ਆਖਰੀ ਸਵਾਲ ਮੇਰੇ ਖਿਆਲ ਬਾਬਾ ਸੰਤ ਬਾਬਾ ਕਰਮ ਸਿੰਘ ਜੀ, ਇਹ ਗੁਰਮਤ ਅੱਗੇ ਸੰਗਤ ਟੈਲੀਵਿਜ਼ਨ 'ਤੇ ਆਪਾਂ ਬੈਠੇ ਹਾਂ, ਸੰਗਤ ਟੈਲੀਵਿਜ਼ਨ ਗੁਰਮਤ ਦੇ ਪ੍ਰਚਾਰ ਲਈ ਖੁੱਲ੍ਹਿਆ ਗਿਆ, ਬਾਕੀ ਗੱਲਾਂ ਆਪਾਂ ਕਹਿ ਚੁੱਕੇ ਹਾਂ ਕਿ ਸਾਰੀਆਂ ਲਘੂ ਮਾਤਰ ਨੇ, ਨਾਨਕ ਕੇ ਘਰ ਕੇਵਲ ਨਾਮ ਵਾਲੀ ਗੱਲ ਚੱਲਦੀ ਹੈ, ਬਾਕੀ ਗੱਲਾਂ ਨਾਲ ਆਪਣੇ ਆਪ ਆ ਜਾਂਦੀਆਂ, ਗੁਰਮਤ ਦਾ ਪ੍ਰਚਾਰ ਕਿਵੇਂ ਕੀਤਾ ਜਾਵੇ, ਇੱਕ ਸਾਨੂੰ ਥੋੜ੍ਹੀ ਸੇਧ ਦੇ ਜਾਓ ਜ਼ਰੂਰ। ਗੁਰਮਤ ਦਾ ਪ੍ਰਚਾਰ ਕਰਨਾ ਬਹੁਤ ਹੀ ਔਖਾ। ਗੁਰ ਕੀ ਮਤ ਤੂੰ ਲੈ ਆਣੇ, ਭਗਤ ਬਿਨਾਂ ਵੋ ਡੂਬੇ ਸਿਆਣੇ ਗੁਰੂ ਦੀ ਮਤ। ਗੁਰਮਤ ਦਾ ਅਰਥ ਕੀ ਆ? ਗੁਰੂ ਦੀ ਮਤ, ਜੋ ਗੁਰੂ ਗ੍ਰੰਥ ਸਾਹਿਬ ਜੀ 'ਚ ਕਹਿੰਦੇ ਆ, ਜੋ ਗੁਰਬਾਣੀ ਕਹਿੰਦੀ ਆ, ਉਹਦੀ ਮਤ। ਸੋ ਇਸ ਕਰਕੇ ਗੁਰਮਤ, ਜਿਹੜੀ ਗੁਰੂ ਦੀ ਮਤ ਲੈ ਲਈ ਤਾਂ ਉਹ ਤਾਂ ਫਿਰ ਸਭ ਕੁਛ ਉਹਦੇ ਸਾਰੇ ਕਾਰਜ ਸੰਵਾਰੇ ਗਏ। ਫਿਰ ਕਰ ਵੈਸੋ ਹਰਜਨ ਪਿਆਰੇ, ਸਤਿਗੁਰ ਤੋਂ ਅਮਰੀਕਾ ਸਵਾਰੇ। ਉਹਦੇ ਗੁਰਮਤ ਆ ਗਈ, ਦੋ ਹੀ ਤਾਂ ਚੀਜ਼ਾਂ ਨੇ, ਇੱਕ ਮਨਮਤ, ਇੱਕ ਗੁਰਮਤ। ਅਤੇ ਗੁਰਮਤ ਗੁਰੂ ਦੀ ਮਤ, ਗੁਰਮੁਖ ਜਿਹਨੇ ਗੁਰੂ ਦੀ ਮਤ ਲੈ ਲਈ, ਅਤੇ ਮਨਮਤ ਆਪਣੇ ਮਨ ਦੀ ਮਤ। ਮਨ ਦੀ ਮਤ ਬਹੁਤ ਖਤਰਨਾਕ ਆ, ਬਹੁਤ ਮਾੜੀ ਆ। ਅਤੇ ਗੁਰੂ ਦੀ ਮਤ ਜਿਹੜਾ ਲੈ ਲਵੇ ਉਹ ਤਾਂ ਫਿਰ, ਜੇ ਮਤ ਆਪਾਂ ਲੈ ਲਈ ਗੁਰੂ ਦੀ, ਉਹੀ ਰੂਪ ਹੋ ਜਾਈਦਾ ਇੱਕ ਦਿਨ। ਅਤੇ ਜੇ ਧਿਆਉਂਦਾ 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 ਇੱਕ ਦਿਨ ਧਿਆ ਤਾਂ ਧੀ ਦੇ ਵਿੱਚ ਹੀ ਰਲ ਜਾਂਦਾ, ਧਿਆਉਣ ਵਾਲਾ ਉਹੀ ਰੂਪ ਹੋ ਜਾਂਦਾ। ਕਿ ਇਸ ਕਰਕੇ ਗੁਰਮੁਖ ਬਣ ਲਈ, ਗੁਰਮੁਖ ਰੋਮ ਰੋਮ ਹਰ ਧਿਆਵੇ, ਨਾਨਕ ਗੁਰਮੁਖ ਸਾਧ ਸਮਾਵੇ। ਭਾਈ ਸਾਹਿਬ ਜੀ, ਕੋਈ ਗੱਲ ਜਿਹੜੀ ਰਹਿ ਗਈ ਹੋਵੇ ਜ਼ਰੂਰ ਕਿਰਪਾ ਕਰ। ਤਿੰਨ ਸਵਾਲ ਨੇ ਜਿਨ੍ਹਾਂ ਦਾ ਜਵਾਬ ਜਿਹੜਾ ਹੈ ਉਹ ਪ੍ਰਚਾਰ ਹੈ ਜੀ। ਕਿੱਥੋਂ ਉਪਜੇ ਕਹਿ ਰਹੇ ਕਹਿ ਮਾਏ ਸਮਾਵੇ, ਕਿੱਥੋਂ ਆਪਾਂ ਆਏ ਹਾਂ, ਇੱਥੇ ਕੀ ਕਰਨਾ ਹੈ, ਕਿੱਥੇ ਆਪਾਂ ਚਲੇ ਜਾਣਾ ਹੈ। ਇਤਨਾ ਸਵਾਲਾਂ ਦਾ ਜਦੋਂ ਜਵਾਬ ਦਿੰਦੇ ਹਾਂ ਨਾ, ਜੋ ਵੀ ਅਸੀਂ ਟੀ ਵੀ ਦਾ ਪ੍ਰੋਗਰਾਮ ਕਰੀਏ, ਇਹ ਖਿਆਲ ਰੱਖੀਏ ਕਿ ਇਹ ਸਵਾਲਾਂ ਦਾ ਜਵਾਬ ਇਹਦੇ 'ਚੋਂ ਲੱਭਦਾ। ਕਿੱਥੋਂ ਆਏ ਹਾਂ, ਕਿੱਥੇ ਚਲੇ ਜਾਣਾ ਹੈ, ਇੱਥੇ ਕੀ ਕਰਨਾ ਹੈ। ਪਾਤਸ਼ਾਹ ਨੇ ਦੱਸਿਆ ਹੈ ਜੀ ਕਿ ਸਾਡੀ ਜਿਹੜੀ ਹੋਂਦ ਹੈ, ਅਸੀਂ ਮਾਲਕ ਦੇ ਵਿੱਚੋਂ ਹੀ ਵਿਛੜੇ ਹਾਂ। ਹੈ ਸਭ ਮੈਂ ਜੋਤ, ਉਹ ਇੱਕ ਜੋਤ ਨਿਕਲੀ ਹੈ, ਜਦੋਂ ਉਹ ਜੋਤ ਬਾਹਰ ਚਲੀ ਜਾਂਦੀ ਅਸੀਂ ਪੂਰੇ ਹੋ ਜਾਂਦੇ ਹਾਂ। ਅਤੇ ਉਹ ਸੌਖਾ ਹੈ ਕਿ ਮਾਲਕ 'ਚੋਂ ਆਏ ਹਾਂ, ਅਤੇ ਜਾਣਾ ਕਿੱਥੇ ਹੈ, ਉਹ ਵੀ ਮਾਲਕ 'ਚ ਜਾ ਕੇ ਸਮਾਉਣਾ ਹੈ। ਸੋ ਵੱਡਾ ਸਵਾਲ ਤਾਂ ਇਹੀ ਹੈ ਕਿ ਇੱਥੇ ਕੀ ਕਰਨਾ ਹੈ। ਉਹ ਪਾਤਸ਼ਾਹ ਦੱਸਦੇ ਹਨ ਭਾਈ, ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲ ਕੇ ਤੇਰੀ ਬੁਰੀਆ। ਗੁਰੂ ਦੇ ਨੇੜੇ ਹੋ, ਤੂੰ ਮਾਲਕ ਦੇ ਨੇੜੇ ਹੋ, ਇਹ ਪ੍ਰਚਾਰ ਕਰਨਾ ਹੈ। ਕਿੱਥੋਂ ਉਪਜੇ ਕਹਿ ਰਹੇ ਕਹਿ ਮਾਏ ਸਮਾਵੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮਹਾਂਵਾਕ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ 22 ਵਾਰਾਂ 'ਚੋਂ ਇੱਕ ਵਾਰ ਬਸੰਤ ਕੀ ਵਾਰ, ਬਸੰਤ ਕੀ ਵਾਰ ਦੀਆਂ ਸਿਰਫ 3 ਪੌੜੀਆਂ, 3 ਪੌੜੀ 'ਚ ਦੀ ਆਰੰਭਤਾ ਇਸ ਪੰਕਤੀ ਦੇ ਨਾਲ ਜਿਹੜੀ ਮਹਾਂਪੁਰਖਾਂ ਨੇ ਕਹੀ ਹੈ। ਕਿੱਥੋਂ ਉਪਜੇ ਕਹਿ ਰਹੇ ਕਹਿ ਮਾਏ ਸਮਾਵੇ, ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ, ਕਹਿਣ ਧਿਆਨ ਸੁਣਨ ਸੇ ਪਗ ਸਾਵੇ, ਅਗਮ ਗੋਚਰ ਸਾਹਿਬ ਦੂਸਰ ਲਵਣ ਲਾਵੇ, ਸੱਚ ਪੂਰੇ ਗੁਰ ਉਪਦੇਸ਼ਾ ਨਾਨਕ ਸੁਣਾਵੇ। ਇਹੀ ਉਪਦੇਸ਼ ਕਰਨ ਦਾ ਮਹਾਂਵਾਕ ਹੈ, ਸੱਚ ਪੂਰੇ ਗੁਰ ਉਪਦੇਸ਼ਾ ਨਾਨਕ ਸੁਣਾਵੇ। ਜਿਹੜਾ ਸੱਚ ਦਾ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਕੀਤਾ, ਜਿਹੜਾ ਸਤਿਗੁਰੂ ਨੇ ਕੀਤਾ, ਜਿਹੜੀ ਰਮਤਾ ਕੀਤੀ, ਉਹੀ ਉਪਦੇਸ਼ ਹੋਣਾ ਚਾਹੀਦਾ। ਇਹਨਾਂ 3 ਸਵਾਲਾਂ ਦੇ ਜਵਾਬ ਦੇਣੇ 'ਚ ਸ਼ੁਰੂ ਕਰਦੀ, ਇਹਨਾਂ ਦੇ ਜਵਾਬ ਲੱਭਣੇ ਸ਼ੁਰੂ ਕਰਦੀ ਹੈ, ਮਨੁੱਖ ਆਪ ਵੀ ਸੁਖੀ ਹੋ ਜਾਏਗਾ, ਉਹਦਾ ਪਰਲੋਕ ਵੀ ਸੁਹੇਲਾ ਹੋ ਜਾਵੇਗਾ, ਅਤੇ ਸਾਰੀ ਦੁਨੀਆ ਨੂੰ ਸੁਖੀ ਕਰਨ ਦਾ ਤਰੀਕਾ ਵੀ ਇਹੋ ਹੈ। ਜਿਹੜੀ ਮਹਾਂਪੁਰਸ਼ਾਂ ਨੇ ਇੱਕ ਸੂਤਰ ਦੀ ਗੱਲ ਦੱਸ ਦਿੱਤੀ, ਆਰੰਭਤਾ ਕੀਤੀ ਸੀ ਨਾਮ ਦੀ ਧੁਨੀ ਦੇ ਨਾਲ, ਸਿਮਰਨ ਦੀ ਧੁਨੀ ਦੇ ਨਾਲ,
ਅਤੇ ਸੰਪੂਰਨਤਾ ਵੀ ਨਾਮ ਦੀ ਧੁਨੀ ਨਾਲ ਹੀ ਇਹ ਕਰਨੀ ਬਣਦੀ ਹੈ। ਮਹਾਂਪੁਰਸ਼ਾਂ ਨੂੰ ਬੇਨਤੀ ਸੰਤ ਬਾਬਾ ਲਾਭ ਸਿੰਘ ਜੀ ਇੱਕ ਆਪਾਂ ਨਾਮ ਦੀ ਧੁਨੀ ਤੋਂ ਬਾਅਦ ਫਿਰ ਧੰਨਵਾਦ ਕਰਦੇ ਹਾਂ ਜੀ। ਇੱਕ ਨਾਮ ਦੀ ਧੁਨੀ ਯਾਦ ਕਰ ਲਓ, ਫਿਰ ਕੀਰਨੀ ਕਰਨੀ। ਹਾਂਜੀ। ਵੱਡ ਭਾਗੀ ਸਤਸੰਗ ਪਾਵੇ, ਭਾਗ ਹੀਨ ਭਰਮ ਚੋਟਾਂ ਖਾਵੇ, ਬਿਨ ਭਾਗਾਂ ਸਤਸੰਗ ਨਾ ਲੱਭੀ, ਬਿਨ ਸੰਗਤ ਮਹਿਲ ਸੰਗਤ ਮਿਲੀ। ਸੰਗਤ ਵਿੱਚ ਆਓਗੇ ਉੱਥੇ ਨਾਮ ਵੀ ਮਿਲ ਜਾਂਦਾ, ਸੇਵਾ ਵੀ ਮਿਲ ਜਾਂਦੀ ਆ, ਸਾਰੀਆਂ ਗੱਲਾਂ ਮਿਲ ਜਾਂਦੀਆਂ, ਕੋਈ ਗੱਲ ਬਾਕੀ ਨਹੀਂ ਰਹਿੰਦੀ, ਬਾਕੀ ਨਹੀਂ ਰਹਿੰਦੀ। ਜੇ ਸੰਗਤ ਛੱਡ ਜਾਓਗੇ ਫਿਰ ਧੱਕੇ ਖਾਈਓ। ਬਿਲਕੁਲ, ਸੰਗਤ ਨੂੰ ਛੱਡ ਕੇ ਮਨੁੱਖ ਧੱਕੇ ਤੋੜੇ ਖਾਂਦਾ ਹੈ। ਸੋ ਸੰਗਤ ਦੇ ਨਾਲ ਜੁੜੀ ਗੁਰੂ ਕੀ ਸੰਗਤ ਨਾਲ ਜੁੜੀ ਸਤਿਗੁਰ ਸਾਹਿਬ ਜੀ ਦੇ ਕੀਰਤਨੋਂ ਉੱਥੇ ਉੱਥੇ ਜ਼ਰੂਰ ਜਾਓ, ਉਹਨਾਂ ਭਲਾਓ, ਜੇ ਭਲਾਓਗੇ ਪਿੱਛੇ ਰਹਿ ਜਾਓਗੇ। ਧੰਨਵਾਦ ਬਾਬਾ ਜੀ, ਬਹੁਤ ਬਹੁਤ ਸਿਰੇ ਦੀ ਗੱਲ ਆਖ ਦਿੱਤੀ। ਨਾਮ ਸਿਮਰਨ ਦੀ ਧੁਨੀ ਥੋੜ੍ਹੀ ਜਿਹੀ, ਅਤੇ ਫਿਰ ਆਪਾਂ ਸਮਾਪਤੀ ਵਾਲੇ ਐਲਾਨ ਕਰੀਏ ਜੀ। ਸਿਮਰਨ ਦੀ ਧੁਨੀ ਸਤਨਾਮ ਵਾਹਿਗੁਰੂ ਦਾ ਜਾਪ ਕਰਾ ਲਓ। ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਜਿਵੇਂ ਸੰਗਤ ਟੈਲੀਵਿਜ਼ਨ ਨਾਲ ਜੁੜੇ ਵੇਲੇ ਹੋ, ਜੁੜੇ ਵੇਲੇ ਬੈਠੇ ਹੋ, ਬਿਲਕੁਲ ਉਵੇਂ ਜੁੜੇ ਵੇਲੇ ਬੈਠੇ ਰਹੋ, ਤਾਂ ਕਿ ਆਪਾਂ ਕੰਮ ਦੀ ਗੱਲ, ਪੰਥ ਦੀ ਗੱਲ, ਨਾਮ ਦੀ ਗੱਲ, ਸਿਮਰਨ ਦੀ ਗੱਲ, ਗੁਰੂ ਦੀ ਗੱਲ, ਗੁਰਮਤ ਦੀ ਗੱਲ ਸਾਰੀ ਰਲ ਮਿਲ ਕੇ ਕਰ ਸਕੀਏ। ਤਾਂ ਜਦੋਂ ਇਕੱਠੇ ਹੋ ਕੇ ਕਰਾਂਗੇ ਸਾਰੇ ਨੇ ਗੱਲ, ਉਦੋਂ ਹੀ ਗੁਰੂ ਕੀ ਸੰਗਤ ਬਣੇਗੀ। ਗੁਰੂ ਕੀ ਸੰਗਤ ਵਿੱਚੋਂ ਸਾਰਾ ਕੁਛ ਪ੍ਰਾਪਤ ਹੁੰਦਾ ਹੈ। ਹਿਰਦੇ ਤੋਂ ਧੰਨਵਾਦ ਮਹਾਂਪੁਰਸ਼ਾਂ ਦਾ, ਸੰਤ ਬਾਬਾ ਕਰਮ ਸਿੰਘ ਜੀ, ਸੰਤ ਬਾਬਾ ਲਵ ਸਿੰਘ ਜੀ, ਇਹ ਵਾਹਿਗੁਰੂ ਸਿੰਘ ਜੀ ਔਰ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ, ਉਹਨਾਂ ਦਾ ਹਿਰਦੇ ਤੋਂ ਬਹੁਤ ਬਹੁਤ ਧੰਨਵਾਦ। ਸਾਰੀ ਛੁੱਟੀ ਜੀ ਇਸ ਵਿਚਾਰ ਚਰਚਾ ਦੇ ਵਿੱਚੋਂ ਤਤ ਗੁਰਮਤਿ ਦੀ ਜਿੰਨੀ ਕੋਈ ਗੱਲ ਕੀਤੀ ਗਈ ਉਹਦੇ 'ਚ ਗੱਲ ਸਾਹਮਣੇ ਆਈ ਹੈ ਕਿ ਸਾਂਝੀਵਾਲਤਾ ਗੁਰਮਤਿ ਦਾ ਇੱਕ ਇਹੋ ਜਿਹਾ ਉਦੇਸ਼ ਹੈ ਜਿਹੜਾ ਜਿਸ ਪੱਧਰ 'ਤੇ ਹੈ ਗੁਰਮਤਿ ਕੋਲ, ਉਹੋ ਜਿਹਾ ਸ਼ਾਇਦ ਕਿਸੇ ਹੋਰ ਕੋਲ ਨਹੀਂ ਹੈ। ਆਪਾਂ ਇਹਨੂੰ ਲੈ ਕੇ ਜਾਈਏ ਦੁਨੀਆਂ ਦੇ ਵਿੱਚ। ਸਤਿਗੁਰੂ ਨੇ ਜਦੋਂ ਸਾਜਨਾ ਕੀਤੀ ਖਾਲਸੇ ਦੀ, ਉਦੋਂ ਵੀ ਪੰਜਾਂ ਪੈਰਾਂ ਦੇ 'ਚੋਂ ਉਹਨਾਂ ਦਾ ਇਲਾਕਾ ਇੱਕ ਨਹੀਂ ਸੀ, ਉਹਨਾਂ ਦੀ ਬੋਲੀ ਇੱਕ ਨਹੀਂ ਸੀ, ਉਹਨਾਂ ਦਾ ਖਾਣ ਪੀਣ ਪਹਿਰਾਣ ਇੱਕ ਨਹੀਂ ਸੀ, ਉਹਨਾਂ ਦੀ ਜਾਤ ਗੋਤ ਇੱਕ ਨਹੀਂ ਸੀ, ਪਰ ਇੱਕ ਗੱਲ ਉਹਨਾਂ ਦੀ ਸਾਂਝੀ ਸੀ ਕਿ ਗੁਰੂ ਨੂੰ ਪਿਆਰ ਕਰਦੇ ਸਨ। ਜਿਹੜੇ ਗੁਰੂ ਨੂੰ ਪਿਆਰ ਕਰਦੇ ਨੇ ਉਹ ਫਿਰ ਗੁਰੂ ਦੇ ਪਿਆਰੇ ਬਣ ਜਾਂਦੇ ਨੇ, ਅਤੇ ਜਿਹੜੇ ਗੁਰੂ ਕੇ ਪਿਆਰੇ ਬਣ ਜਾਂਦੇ ਨੇ ਉਹ ਫਿਰ ਹਰ ਕਾ ਪਿਆਰਾ, ਸੋ ਸਭਣਾ ਕਾ ਪਿਆਰਾ, ਉਹ ਫਿਰ ਸਭ ਦਾ ਹੀ ਪਿਆਰਾ ਬਣ ਜਾਂਦਾ। ਜੇ ਦੁਨੀਆਂ 'ਚ ਸੁੱਖ ਚਾਹੁੰਦੇ ਹਾਂ, ਦੁਨੀਆਂ 'ਚ ਸ਼ਾਂਤੀ ਚਾਹੁੰਦੇ ਹਾਂ, ਦੁਨੀਆਂ ਦਾ ਪਿਆਰ ਚਾਹੁੰਦੇ ਹਾਂ, ਅਤੇ ਗੁਰੂ ਦੇ ਪਿਆਰੇ ਬਣ ਜਾਈਏ, ਗੁਰੂ ਦੀ ਮਾਤੇ ਤੁਰ ਪਈਏ। ਮਹਾਂਪੁਰਸ਼ਾਂ ਦਾ ਇਹ ਉਪਦੇਸ਼ ਹੈ। ਇੰਨੇ ਸ਼ਬਦਾਂ ਦੇ ਨਾਲ ਇੱਕ ਵਾਰ ਖਿਮਤ ਜਾਚਨਾ, ਆਓ ਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, 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 ਸਤਨਾਮ